ਹਾਜ਼ਰ ਹੈ ਜੰਝਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਰੀਅਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਰ ਰੋਜ਼ ਦੀ ਤਰ੍ਹਾਂ ਬਹੁਤ-ਬਹੁਤ ਸਵਾਗਤ ਹੈ ਚਾਹੀਦਾ ਵਿਚਾਰ ਪ੍ਰੋਗਰਾਮ ਪੇਸ਼ ਕਰਨ ਦਾ ਵੇਲਾ ਹੋ ਗਿਆ ਤੇ ਅਸੀਂ ਵੀ ਹਾਜ਼ਰ ਹਾਂ ਮੈਂ ਹਰਮਨ ਥੈਂਦ ਤੇ ਹਰ ਰੋਜ਼ ਦੀ ਤਰ੍ਹਾਂ ਹੀ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਕਿਵੇਂ ਰਹੇ ਦੋ ਦਿਨ ਜਿੰਦਾਬਾਦ ਬਹੁਤ ਵਧੀਆ ਸ਼ਨੀ ਤੇ ਐਤਵਾਰ ਦਾ ਦਿਨ ਹਾਂ ਮੈਂ ਆਉਣ ਲੱਗਾ ਸੀ ਨਾ ਉਸ ਗੱਲ ਤੇ ਵੀ ਬਹੁਤ ਵਧੀਆ ਰਹੇ ਬੜੇ ਸੋਹਣੇ ਦਿਨ ਰਹੇ ਕੰਮ ਕਾਜ ਦੇ ਵਿੱਚ ਮਸਰੂਫ ਰਹੇ ਕਈ ਮੁਲਾਕਾਤਾਂ ਕੀਤੀਆਂ ਤੇ ਕਈ ਥਾਵਾਂ ਤੇ ਜਾਣਾ ਆਉਣਾ ਸੀ ਤੇ ਕਈ ਵੈਸੇ ਤੁਰ ਫਿਰ ਕੇ ਦੇਖ ਲਿਆ ਕਈ ਕਮਾਂ ਕਾਜਾਂ ਦੇ ਵਿੱਚ ਪਰ ਕੁੱਲ ਬਣਾ ਕੇ ਇਹ ਸ਼ਨੀਵਾਰ ਤੇ ਐਤਵਾਰ ਬੜਾ ਵਧੀਆ ਸੀ ਤੇ ਬਹੁਤ ਕਮਾਲ ਸੀ ਬਹੁਤ ਵਧੀਆ ਗੱਲ ਹੈ ਸਾਰੇ ਦਿਨ ਕਮਾਲ ਹੋਣ ਮੌਸਮ ਦੀ ਹਾਲ ਬਿਆਨ ਨਹੀਂ ਕਰਦੇ ਹੋ ਪੰਜਾਬ ਦੇ ਵਿੱਚ ਮੌਸਮ ਸਥਿਰ ਰਹਿਣਾ ਮੌਸਮ ਵਿਭਾਗ ਨੇ ਗੱਲ ਕਹੀ ਆ ਪਾਈ ਆ ਜੋ ਸਵੇਰੇ ਸਵੇਰੇ ਮੈਂ ਪੜ ਕੇ ਆਇਆ ਉਹ ਕਹਿੰਦੇ ਵੀ ਆਉਂਦੇ 24 ਘੰਟਿਆਂ ਦੇ ਵਿੱਚ ਕਣੀ ਕੁਣੀ ਦੀ ਕੋਈ ਸੰਭਾਵਨਾ ਹੈ ਨਹੀਂ ਮੀਂਹ ਕਣੀ ਦੀ ਭੋਰਾ ਵੀ ਸੰਭਾਵਨਾ ਹੈ ਨਹੀਂ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਵੀ ਤਾਪਮਨ ਬਦਲ ਗਿਆ ਥੱਲੇ ਨੂੰ ਆ ਰਿਹਾ ਤੇ ਰਾਤ ਦੇ ਵੇਲੇ ਤਾਂ ਕਾਫੀ ਜ਼ਿਆਦਾ ਆ ਗਿਆ ਤੇ ਪਾਈ ਢੋਨਾ ਲਗਾਤਾਰ ਵੱਧਿਆ ਜਾ ਰਿਹਾ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਆ ਅ ਮੈਂ ਹੁਣੇ ਰਿਪੋਰਟ ਪੜ੍ਹੀ ਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 3 ਘੰਟੇ ਦੇ ਲਈ ਸੜਕਾਂ ਤੇ ਜਾਮ ਲਾ ਕੇ ਰੱਖਿਆ ਗਿਆ ਕਈ ਥਾਵਾਂ ਤੇ ਰੇਲਾਂ ਵੀ ਰੁਕੀਆਂ ਗਈਆਂ ਸੋ ਕਿਸਾਨ ਆ ਜਿਹੜੇ ਉਹ ਆਪਣੇ ਸੰਘਰਸ਼ ਦੇ ਵਿੱਚ ਆ ਪਰ ਮੌਸਮ ਆ ਜਿਹੜਾ ਉਹ ਆਪਣੇ ਰੌਂ ਦੇ ਵਿੱਚ ਆ ਜੀ ਬਿਲਕੁਲ ਸਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਤਬਦੀਲੀ ਜਿਹੜੀ ਮੌਸਮ 'ਚ ਵੇਖਣ ਨੂੰ ਮਿਲੂਗੀ ਤੇ ਟਾਣਾ ਸਾਹਿਬ ਚਾਹਤ ਦਾ ਵਿਚਾਰ ਸਾਂਝਾ ਕਰਦੇ ਹੋ ਹੁਣ ਇੱਕ ਨਹੀਂ ਦੋ ਸਾਂਝੇ ਕਰੂੰ ਆਉਣ ਦਿਓ ਪਹਿਲਾਂ ਤਾਂ ਇਹ ਆ ਕਿ ਸ਼ਾਂਤ ਰਹਿਣਾ ਸਿੱਖੋ ਸ਼ਾਂਤ ਰਹਿਣਾ ਸਿੱਖੋ ਕਿਉਂਕਿ ਤੁਹਾਡਾ ਗੁੱਸਾ ਕਿਸੇ ਹੋਰ ਦੀ ਜਿੱਤ ਹੈ ਹੂੰ ਇੰਨੀ ਇੱਕ ਗੱਲ ਦੇ ਵਿੱਚ ਸਭ ਕੁਝ ਮੁੱਕ ਜਾਂਦਾ ਕਿ ਜੇਕਰ ਤੁਸੀਂ ਗੁੱਸੇ ਹੁੰਨੇ ਆ ਤਾਂ ਜਿੱਤਦਾ ਦੂਜਾ ਸਾਰੇ ਇਹ ਗੱਲ ਕਹਿੰਦੇ ਆ ਕਿ ਭਾਈ ਇਹ ਤਾਂ ਐਂ ਚਬੜ ਚਬੜ ਮਾਰਦਾ ਹੁੰਦਾ ਇਹ ਹੁਣ ਨਹੀਂ ਹਟਦਾ ਇਹ ਫੇਰ ਕਿੱਥੇ ਹਟਦਾ ਹੋਣਾ ਪਹਿਲਾਂ ਕਿੱਥੇ ਹਟਦਾ ਹੋਣਾ ਇਹ ਸਾਰਿਆਂ ਦੇ ਸਾਹਮਣੇ ਨਹੀਂ ਹਟਦਾ ਇਹ ਤਾਂ ਪਹਿਲਾਂ ਕਿੱਥੇ ਗੰਨ ਪਾਉਂਦਾ ਹੋਊਗਾ ਇਸ ਕਰਕੇ ਤੁਸੀਂ ਸ਼ਾਂਤ ਰਹਿਣਾ ਸਿੱਖੋ ਤੁਹਾਡਾ ਗੁੱਸਾ ਕਿਸੇ ਹੋਰ ਦੀ ਜਿੱਤ ਹੈ ਤੇ ਦੂਜਾ ਚੱਜ ਦਾ ਵਿਚਾਰ ਭਾਈ ਇਹ ਆ ਕਿ ਰਿਸ਼ਤੇ ਤੇ ਕੱਪੜੇ ਅੱਜਕੱਲ ਥੋੜਾ ਕੁ ਸਮਾਂ ਹੀ ਕੱਟਦੇ ਆ ਰਿਸ਼ਤੇ ਤੇ ਕੱਪੜੇ ਅੱਜਕੱਲ ਥੋੜਾ ਕੁ ਸਮਾਂ ਹੀ ਕੱਟਦੇ ਆ ਸ਼ੁਰੂ-ਸ਼ੁਰੂ ਦੇ ਵਿੱਚ ਕਾਫੀ ਸੋਹਣੀ ਚਮਕ ਦਿਖਾਉਂਦੇ ਆ ਤੇ ਬਾਅਦ ਦੇ ਵਿੱਚ ਫਿੱਕੇ ਜੇ ਪੈ ਜਾਂਦੇ ਆ ਬਿਲਕੁਲ ਸਹੀ ਹਾਲਾਂਕਿ ਅਸੀਂ ਰਿਸ਼ਤਿਆਂ ਨੂੰ ਹਰ ਥਾਂ ਦੇ ਉੱਤੇ ਇੱਕੋ ਜੀ ਗੱਲ ਨਹੀਂ ਲਾਗੂ ਕਰਦੇ ਪਰ ਰਿਸ਼ਤਿਆਂ ਦੇ ਵਿੱਚ ਵੀ ਆਮ ਤੌਰ ਤੇ ਐਂ ਹੁੰਦਾ ਵੀ ਸਾਨੂੰ ਸ਼ੁਰੂ-ਸ਼ੁਰੂ ਦੇ ਵਿੱਚ ਬੰਦਾ ਬੜਾ ਚੰਗਾ ਲੱਗਦਾ ਵੀ ਇਹ ਤਾਂ ਬੰਦਾ ਹੀਰੀ ਆ ਇਹ ਬੰਦਾ ਬੜਾ ਚੰਗਾ ਇਹ ਭਾਗ ਮੇਰੇ ਚੰਗੇ ਜਿਹੜਾ ਇਹ ਮੈਨੂੰ ਮਿਲ ਗਿਆ ਤੇ ਮਹੀਨੇ ਚਾਰ ਕਿ ਨਿਕਲਦੇ ਬਾਅਦ ਚ ਕਰਨੇ ਇਹਦਾਂ ਲੋ ਬੰਦਾ ਕੋਈ ਨਹੀਂਗਾ ਇਹਦੇ ਤੋਂ ਜਿੰਨਾ ਬਚੋ ਉਨਾਂ ਹੀ ਚੰਗਾ ਇਹ ਤਾਂ ਇਦਾਂ ਦਾ ਇਹ ਇਦਾਂ ਦੀ ਇਹ ਇਦਾਂ ਦਾ ਇਹ ਇਦਾਂ ਦੀ ਫਿਰ ਆ ਕੰਮ ਸ਼ੁਰੂ ਹੋ ਜਾਂਦਾ ਤੇ ਲੀੜੇ ਵੀ ਆਈਆਂ ਸ਼ੁਰੂ-ਸ਼ੁਰੂ 'ਚ ਸੂਟ ਲੈ ਕੇ ਆਉਣੇ ਜਦੋਂ ਕਹਿੰਦੇ ਵੀ ਇਹਦਾ ਡਿਜ਼ਾਈਨ ਇਹ ਰਹੀ ਆ ਇਹਦੇ ਜਿਹੜਾ ਨਾ ਬਸ ਇਹਦੇ ਨਾਲ ਜਿਹੜੀ ਆ ਰੀਸ ਕੋਈ ਨਹੀਂ ਇਹਦੀ ਹਾਂ ਟੌਰ ਇਹਦੇ ਨਾਲ ਹੀ ਹੈ ਟੌਰ ਇਹਦੇ ਨਾਲ ਹੀ ਆ ਤੇ ਤਿੰਨਾਂ ਕੁ ਧੂਆਂ ਬਾਅਦ ਪਤਾ ਲੱਗਦਾ ਵੀ ਭਾਈ ਉਹ ਕੀ ਹੋ ਜਾ ਸਹੀ ਬਿਲਕੁਲ ਸਹੀ ਟਾਣਾ ਸਾਹਿਬ ਜਿੱਥੇ ਤੱਕ ਰਿਸ਼ਤਿਆਂ ਦੀ ਗੱਲ ਆ ਨਾ ਤੁਹਾਨੂੰ ਯਾਦ ਹੋਊਗਾ ਇੱਕ ਦਿਨ ਮੈਂ ਚਾਹਦਾ ਵਿਚਾਰ ਸਾਂਝਾ ਕੀਤਾ ਸੀ ਕਹਿੰਦੇ ਮੈਂ ਚੰਗਾ ਮੈਂ ਬਹੁਤ ਚੰਗਾ ਬਸ ਉਦੋਂ ਤੱਕ ਜਦੋਂ ਤੱਕ ਤੁਹਾਡੇ ਮੁਤਾਬਕ ਆ ਹਾਂ ਰਿਸ਼ਤਿਆਂ 'ਚ ਇਹ ਗੱਲ ਚੱਲਦੀ ਆ ਅੱਜਕੱਲ ਜਦੋਂ ਤੱਕ ਤੁਸੀਂ ਕਿਸੇ ਦੇ ਮੁਤਾਬਕ ਹੋ ਕਿ ਹਾਂ ਚ ਹਾਂ ਰਲਾਈ ਜਾਂਦੇ ਹੋ ਮਲਾਈ ਜਾਂਦੇ ਹੋ ਹਨਾ ਵੀ ਭੋਰਾ ਵੀ ਕਿੰਤੂ ਨਹੀਂ ਕਰਦੇ ਭੋਰਾ ਵੀ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦੇ ਭੋਰਾ ਵੀ ਸੁਧਾਰਨ ਦੀ ਕੋਸ਼ਿਸ਼ ਕਿ ਹਰ ਇੱਕ ਇਨਸਾਨ 'ਚ ਕਮੀ ਤਾਂ ਹੁੰਦੀ ਹੀ ਆ ਨਾ ਜਦ ਤੱਕ ਤੁਸੀਂ ਭੋਰਾ ਵੀ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਉਦ ਤੱਕ ਤੁਸੀਂ ਬਹੁਤ ਚੰਗੇ ਹੋ ਜਦੋਂ ਤੁਸੀਂ ਇਹ ਕਹਿੰਦਾ ਵੀ ਤੈਨੂੰ ਐ ਨਹੀਂ ਥੋੜਾ ਜਿਹਾ ਐ ਕਰ ਲੈਣਾ ਚਾਹੀਦਾ ਤੇਰੇ ਲਈ ਚੰਗਾ ਹੋਊਗਾ ਜਾਂ ਤੇਰੇ 'ਚ ਆ ਥੋੜੀ ਜਿਹੀ ਕਮੀ ਆ ਜੇ ਇਹਨੂੰ ਸੁਧਾਰ ਲਵੇ ਤਾਂ ਵਾਕਈ ਤੂੰ ਹੀਰਾ ਬਣ ਜਾਵੇਂ ਉਦੋਂ ਹੀ ਉਹ ਇਨਸਾਨ ਨੂੰ ਦੂਸਰਾ ਇਨਸਾਨ ਚੁੱਭਣ ਲੱ ਸੱਚਾ ਸੋ ਬਹੁਤ ਸੋਹਣਾ ਚਾਹੀਦਾ ਵਿਚਾਰ ਪੇਸ਼ ਕੀਤਾ ਹੈ ਮਿਹਰਬਾਨੀ ਹੁਣ ਮੇਰੇ ਵਾਲਾ ਆਉਣ ਦਿਓ ਕਹਣਾ ਸਾਬ ਬਹੁਤ ਸਾਰੇ ਲੋਕ ਨਾ ਸਮੇਂ-ਸਮੇਂ ਤੇ ਆਪਣਾ ਰੰਗ ਦਿਖਾ ਜਾਂਦੇ ਨੇ ਹਮ ਪਰ ਜਿਹੜਾ ਚਾਹੀਦਾ ਵਿਚਾਰ ਮੈਂ ਪੇਸ਼ ਕਰਨਾ ਹੈ ਇਹ ਕੁੱਲ ਕੁੱਲ ਇਨਸਾਨੀਅਤ ਦੇ ਉੱਪਰ ਆ ਸਾਰੇ ਇਨਸਾਨਾਂ ਦੇ ਉੱਪਰ ਆ ਕਹਿੰਦੇ ਕੂੜੇ ਚ ਪਈ ਰੋਟੀ ਹਰ ਰੋਜ਼ੇ ਬਿਆਨ ਕਰਦੀ ਹੈ ਕੂੜੇ ਚ ਪਈ ਹੋਈ ਰੋਟੀ ਹਰ ਰੋਜ਼ੇ ਬਿਆਨ ਕਰਦੀ ਹੈ ਕਿ ਢਿੱਡ ਭਰ ਜਾਣ ਤੋਂ ਬਾਅਦ ਅਕਸਰ ਇਨਸਾਨ ਆਪਣੀ ਔਕਾਤ ਭੁੱਲ ਜਾਂਦਾ ਹੈ ਇਹ ਸੱਚਾ ਕਿਉਂਕਿ ਜਦੋਂ ਅਸੀਂ ਰਾਜਾਂ ਨਹੀਂ ਹਨ ਫਿਰ ਰੋਟੀ ਨੂੰ ਪਰੇ ਕਰਦੇ ਆ ਹੁਣ ਨਹੀਂ ਚਾਹੀਦੀ ਆ ਅੱਧੀ ਵੀ ਰੱਖ ਲੋ ਆ ਖੰਨੀ ਖਾਣੇ ਸਮੇਂ ਹੁਣ ਪਰੇ ਕਰ ਲੋ ਤੇ ਪਰ ਜਦੋਂ ਉਹਦੀ ਲੋੜ ਹੁੰਦੀ ਆ ਉਦੋਂ ਕਹਿੰਦੇ ਵੀ ਅੱਧੀ ਹੋਰ ਲਿਆ ਹੂੰ ਹੋਰ ਹੈਗੀ ਹੋਰ ਲਿਆਓ ਤੇ ਰੱਜਣ ਤੋਂ ਬਾਅਦ ਅਸੀਂ ਦਾਲ ਨੂੰ ਸਬਜ਼ੀ ਨੂੰ ਰੋਟੀ ਨੂੰ ਕਿਵੇਂ ਛੱਡ ਦਿੰਨੇ ਆ ਤੇ ਕਦੇ ਸੋਚਿਆ ਵੀ ਭਾਈ ਇਹਦੇ ਲਈ ਕਿੰਨੇ ਲੋਕ ਤਰਸਦੇ ਆ ਕਦੇ ਸੋਚਿਆ ਵੀ ਭਾਈ ਕਈ ਲੋਕਾਂ ਦੀ ਇਹ ਮੁਕੰਮਲ ਖਰਾਕ ਹੋ ਸਕਦੀ ਹੈ ਜੀ ਤੁਹਾਡੇ ਲਈ ਤਾਂ ਇਹ ਵੀ ਤੁਸੀਂ 10 ਪਕਵਾਨ ਬਣਾ ਲੇ ਮੰਗਵਾ ਲੇ ਮੜਾ ਮੜਾ ਚਮਚਾ ਲਾਇਆ ਸਾਰੇ ਛੜਤੇ ਤੇ ਜਿਹਦੇ ਲਈ ਇਹ ਚੀਜ਼ਾਂ ਜੁੜੀਆਂ ਹੀ ਨਹੀਂ ਕਦੇ ਤੇ ਉਹਦੇ ਲਈ ਕਿੰਨੀਆ ਮਹੱਤਵਪੂਰਨੀਆਂ ਚੀਜ਼ਾਂ ਇਸ ਕਰਕੇ ਵਕ ਵਕ ਥਾਵਾਂ ਤੇ ਲਿਖਿਆ ਵੀ ਹੁੰਦਾ ਵੀ ਅਨਾਜ ਉਹਨਾਂ ਹੀ ਪਵਾਓ ਰੋਟੀ ਪਾਣੀ ਉਹਨਾਂ ਹੀ ਲੰਗਰ ਪ੍ਰਸ਼ਾਦਾ ਉਹਨਾਂ ਹੀ ਆਪਣੀ ਥਾਲੀ ਚ ਰਖਵਾਓ ਜਿੰਨਾ ਕਿ ਖਾ ਸਕੋ ਹੂੰ ਇਹਨੂੰ ਵਿਅਰਥ ਨਾ ਕਰੋ ਤੁਹਾਡੇ ਪੈਸੇ ਹੋ ਸਕਦੇ ਵੀ ਮੇਰੇ ਪੈਸੇ ਲੱਗੇ ਤੁਹਾਨੂੰ ਕੀ ਪਰ ਸਰੋਤ ਤੁਹਾਡੇ ਨਹੀਂ ਆ ਸਰੋਤ ਹੋਰ ਦੇ ਤੁਹਾਡੇ ਕੋਲੇ ਪੈਸੇ ਹੀ ਆ ਤੇ ਪੈਸਾ ਆਉਣ ਜਾਣ ਵਾਲੀ ਚੀਜ਼ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹਰ ਰੋਜ਼ ਭੁੱਖੇ ਢਿੱਡ ਸੌਂਦੇ ਨੇ ਬਹੁਤ ਵੱਡੀ ਗਿਣਤੀ 'ਚ ਲੋਕ ਕੁਛਕੀ ਚੀਜ਼ਾਂ ਨੂੰ ਤਰਸਦੇ ਨੇ ਹੈਨਾ ਕਿ ਸਾਨੂੰ ਵੀ ਕਿਤੇ ਖਾਣ ਨੂੰ ਮਿਲ ਜਾਣ ਤੇ ਗੱਲ ਬਣ ਜਾਏ ਤੇ ਜੇਕਰ ਸਾਨੂੰ ਆਸਾਨੀ ਦੇ ਨਾਲ ਉਹ ਚੀਜ਼ਾਂ ਮਿਲ ਰਹੀਆਂ ਨੇ ਤਾਂ ਅਸੀਂ ਉਹਨਾਂ ਦੀ ਕਦਰ ਕਰ ਨਹੀਂ ਸਕੀ ਬਿਲਕੁਲ ਸਹੀ ਮਾਦੀ ਹਾਜ਼ਰ ਹੈ ਜੱਜ ਦਾ ਵਿਚਾਰ ਟੇਣਾ ਸਾਹਿਬ ਹੁਣ ਤੱਕ ਕੁਝ ਘੰਟੇ ਰਹਿ ਗਏ ਮੈਂ ਨਾ ਵੀ ਹੁਣ ਕੀ ਘੰਟੇ ਵੀ ਨਹੀਂ ਰਹਿ ਗਏ ਹੁਣ ਤਾਂ ਬਿਲਕੁਲ ਸਹੀ ਹੈ ਹੁਣ ਤਾਂ ਬਸ ਤੁਸੀਂ ਵੇਖਿ ਜਾਓ ਆ ਖਬਰਾਂ ਦਾ ਦੌਰ ਸ਼ੁਰੂ ਹੋ ਜਾਣਾ ਹੈ ਵੀ ਇੱਥੇ ਆ ਹੋ ਗਿਆ ਉੱਥੇ ਆ ਹੋ ਗਿਆ ਇੱਥੇ ਆ ਵਾਪਰ ਗਿਆ ਉੱਥੇ ਆ ਘਟਨਾ ਵਾਪਰ ਗਈ ਪਰ ਅਸੀਂ ਚਾਹੁੰਦੇ ਨਹੀਂ ਕਿ ਇਹੋ ਜੀ ਕੋਈ ਵੀ ਘਟਨਾ ਵਾਪਰੇ ਸਭ ਕੁਝ ਸੁਖੀ ਸਾਂਦੀ ਨਿਪਰੇ ਚੜ ਜਵੇ ਇਹਦੀ ਅਰਦਾਸ ਇਹਦੀ ਕਾਮਨਾ ਅਸੀਂ ਕਰਦੇ ਹਾਂ ਪਰ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਮੁਕੰਮਲ ਹੋ ਜਾਣੀਆਂ ਨੇ ਕੁਝ ਘੰਟਿਆਂ ਬਾਅਦ ਨਤੀਜੇ ਵੀ ਆ ਜਾਣੇ ਆ ਤੇ ਸਾਰੇ ਰੰਗ ਤਮਾਸ਼ਾ ਸਾਹਮਣੇ ਹੋਣਗੇ ਦੇਖੋ ਜੀ ਜਿਹੜੇ ਵੀ ਸਰਪੰਚ ਚੁਣੇ ਜਾਣਗੇ ਉਹਨਾਂ ਨੂੰ ਹੁਣੇ ਹੀ ਬੇਨਤੀ ਆ ਪਹਿਲੀ ਗਲਤੀ ਹੈ ਵੀ ਜਿਨੇ ਬਹੁਤ ਵਧੀਆ ਸਿਹਰਤਾ ਨਾਲ ਮਿਹਨਤ ਕੀਤੀ ਉਹ ਜਿੱਤ ਜਾਣ ਤੁਸੀਂ ਸਰਬਸਮਤੀਆਂ ਦੇ ਵਿੱਚ ਯਕੀਨ ਨਹੀਂ ਰੱਖਿਆ ਜਾਂ ਤੁਹਾਡੇ ਪਿੰਡ ਦੇ ਕੁਝ ਕੁ ਲੋਕਾਂ ਨੇ ਨਹੀਂ ਰੱਖਿਆ ਤੁਸੀਂ ਚੋਣ ਲੜੀ ਤੁਸੀਂ ਚੋਣ ਮੰਨ ਲਓ ਜਿੱਤ ਗਏ ਤੇ ਤੁਸੀਂ ਜਿੱਤਣ ਤੋਂ ਬਾਅਦ ਆਪਦੇ ਪਿੰਡ ਦੇ ਸਾਰੇ ਮਸਲੇ ਹੱਲ ਕਰੋ ਇਹ ਨਹੀਂ ਵੀ ਭਾਈ ਗੱਡੀ ਦੇ ਉੱਤੇ ਮੋٹے ਅੱਖਰਾਂ 'ਚ ਸਰਪੰਚ ਲਿਖਾਇਆ ਤੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਸਵਾ ਕੇ ਤੇ ਹੋਰ ਹੀ ਹੈ ਤਾਂ ਉਹਨੂੰ ਦੇਖਣ ਲੱਗ ਪਿਆ ਅਗਰ ਕਿ ਨਹੀਂ ਨਹੀਂ ਆਪਾਂ ਸਰਪੰਚ ਹੋਣੇ ਆ ਆਪਾਂ ਸਰਪੰਚ ਹੁੰਨੇ ਆ ਤੇ ਮਗਰ ਵੀ ਲੰਗੜ ਧੁਗੜ ਜੇ ਇਹ ਸਰਪੰਚ ਸਾਹਿਬ ਦਾ ਸਿੱਧੀ ਆਪਣੀ ਸਰਪੰਚ ਸਾਹਿਬ ਦੀ ਧੁਰ ਦਰਗਾਹ ਨਾਲ ਸਿੱਧੀ ਹੋਣੀ ਚਾਹੀਦੀ ਆ ਬਿਲਕੁਲ ਸਹੀ ਸਹੀ ਲਾਤਾ ਬਿਲਕੁਲ ਸਹੀ ਸਰਪੰਚ ਸਾਹਿਬ ਜਿਹੜਾ ਵੀ ਹੋਵੇ ਜਿਹੜੀ ਵੀ ਪਾਰਟੀ ਦਾ ਹੋਵੇ ਜਿਹੜਾ ਵੀ ਅਜ਼ਾਰ ਜਿੱਤੇ 20 ਜਿੱਤੇ ਬੰਦਾ ਜਿੱਤੇ ਕੋਈ ਵੀ ਜਿੱਤੇ ਉਹਨੂੰ ਪਿੰਡ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਪਿੰਡ ਦੇ ਪ੍ਰਤੀ ਉਹਨੂੰ ਫਿਕਰਮੰਦ ਰਹਿਣਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਇਹ ਆ ਮਾਫ ਕਰਨਾ ਜੇ ਕਿਸੇ ਨੂੰ ਇਹ ਗੱਲ ਚੁੱਭੇ ਸਰਪੰਚ ਉਹੀ ਹੁੰਦਾ ਜਿਹੜਾ ਜਿੱਤਿਆ ਹੋਵੇ ਸਾਰਾ ਟੱਬਰ ਸਰਪੰਚ ਨਹੀਂ ਬਣ ਜਾਂਦਾ ਸਾਡੀ ਆਦਤ ਆ ਕਿ ਐਮਐਲਏ ਸਾਹਿਬ ਇੱਕ ਬਣੇ ਨੇ ਤੇ ਸਾਰਾ ਟੱਬਰ ਹੀ ਐਮਐਲਏ ਬਣ ਬਣ ਕੇ ਲੋਕਾਂ ਦੇ ਵਿੱਚ ਵਿਚਰਦਾ ਹੈ ਨਾ ਜਿੱਤਦੀ ਬੀਬੀ ਹੈ ਕਈ ਥਾਵਾਂ ਤੇ ਤੇ ਬੰਦੇ ਜੇਬਾਂ ਚ ਮੋਹਰੇ ਪਾਈ ਫਿਰਦੇ ਆ ਵੀ ਆਪਾਂ ਬੀਬੀ ਨੂੰ ਮੋਹਰੇ ਨਹੀਂ ਲੈ ਕੇ ਆਉਣਾ ਸਮਾਜ ਖਰਾਬ ਆ ਤੇ ਜੇ ਫਿਰ ਬੀਬੀ ਨੂੰ ਮੋਹਰੇ ਖੜਾ ਕਾਤੇ ਕੀਤਾ ਆਪਾਂ ਉਹਨੂੰ ਵੋਟਾਂ ਦੇ ਵਿੱਚ ਆਪਾਂ ਨੂੰ ਫਿਰ ਨਹੀਂ ਸੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਨਾ ਸੋ ਇਸ ਲਈ ਸਰਪੰਚ ਉਹੀ ਹੈ ਜਿਹੜਾ ਵੋਟਾਂ ਦੇ ਨਾਲ ਜਿੱਤਿਆ ਹੈ ਸਾਰਾ ਟੱਬਰ ਸਰਪੰਚ ਨਹੀਂ ਹੈ ਬਿਲਕੁਲ ਸਹੀ ਗੱਲ ਆ ਤੇ ਉਸ ਤੋਂ ਅਗਲੀ ਗੱਲ ਇਹ ਵੀ ਇਤਕੀਨਾ ਪੰਜਾਬੀਆਂ ਦੇ ਇੱਕ ਹਿੱਸੇ ਨੇ ਜਿਹੜੀ ਸ਼ਰਮ ਲਾਈ ਆ ਇੱਕ ਹਿੱਸੇ ਨੇ ਕਹਿਣਾ ਜਿਹੜੀ ਸ਼ਰਮ ਲਾਈ ਆ ਮੁਫਤ ਦੀ ਲੈਗ ਤੇ ਪਿਗ ਮੁਫਤ ਦੇ ਭੁੱਕੀ ਦੇ ਕਾਰਡ ਮੁਫਤ ਦੇ ਠੰਡੇ ਤੇ ਮੁਫਤ ਦੇ ਸੂਟ ਮੁਫਤ ਦੇ ਵਿੱਚ ਛੋਲੇ ਕੁਲਚੇ ਤੇ ਮੁਫਤ ਦੇ ਵਿੱਚ ਪੂਰੀਆਂ ਮੁਫਤ ਦੇ ਵਿੱਚ ਦਹੀਂ ਭੱਲੇ ਤੇ ਮੁਫਤ ਦੇ ਵਿੱਚ ਗੋਲ ਗੱਪੇ ਜਿਹੜੇ ਪਿੰਡਾਂ ਦੇ ਵਿੱਚ ਇਤਕੀ ਸ਼ਕੇ ਆ ਜਿਨ੍ਹਾਂ ਨੇ ਵੀ ਸ਼ਕੇ ਆ ਮਰੇ ਮਰੇ ਤੋਂ ਵੈਸੇ ਪਹਿਲਾਂ ਹੀ ਹੈਗੇ ਕੱਲ ਕਨ ਲਾਸ਼ਾਂ ਹੀ ਫਿਰਦੀਆਂ ਉਹ ਤੁਰੀਆਂ ਗਿਰਤੀ ਨਹੀਂ ਆ ਉਹ ਸਿਰ ਵੀ ਹੈ ਨਹੀਂ ਸਰੀਰ ਵੀ ਹੈ ਨਹੀਂ ਕੁਝ ਵੀ ਹੈ ਨਹੀਂ ਅੰਦਰ ਮੈਂ ਨਾ ਕੱਲ ਵੀਡੀਓ ਦੇਖਣਾ ਕਈ ਉਹਦੇ ਵਿੱਚ ਟਰਾਲੀ ਦੇ ਵਿੱਚ ਠੰਡਿਆਂ ਦੀਆਂ ਬੋਤਲਾਂ ਰੱਖ ਕੇ 2-2 ਲੀਟਰ ਦੀਆਂ ਤੇ ਘਰ ਘਰ ਦੇ ਵਿੱਚ ਜਾ ਕੇ ਗਲੀਆਂ ਦੇ ਵਿੱਚ ਆ ਕੇ ਤੇ ਹੋਕੇ ਦਿੱਤੇ ਜਾ ਰਹੇ ਆ ਠੰਡੇ ਲੈ ਲਓ ਬਈ ਠੰਡੇ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਆ ਸੂਝਵਾਨ ਜੇਕਰ ਬੰਦੇ ਨੂੰ ਚੁਣਨਾ ਚਾਹੁੰਦੇ ਤਾਂ ਇਹਨੂੰ ਵੋਟਾਂ ਪਾ ਲਓ ਠੰਡੇ ਲੈ ਲਓ ਵੀ ਠੰਡੇ ਬੱਤਾ ਪੀ ਲਓ ਵੀ ਬੱਤਾ ਤੇ ਜਨਾਨੀਆਂ ਆਉਂਦੀਆਂ ਬਾਹਰ ਦੋ ਬੋਤਲਾਂ ਰੇੜੀਆਂ ਭਾਈ ਮੇਰਾ ਮੁੰਡਾ ਤਾਂ ਖੱਟੇ ਜਿਹੇ ਰੰਗ ਵਾਲਾ ਪੀਂਦਾ ਇੱਕ ਨਹੀਂ ਕਰੀ ਡ ਘਾਰ ਜਾ ਵਧੀਆ ਹੁੰਦਾ ਚਿੱਟੇ ਦੇ ਨਾਲ ਉਹ ਇਸ ਤਰੀਕੇ ਨਾਲ ਚੱਲੀ ਜਾਂਦਾ ਕਈ ਪਿੰਡਾਂ ਦੇ ਵਿੱਚ ਸਰਪੰਚੀ ਦੇ ਉਮੀਦਵਾਰਾਂ ਨੇ ਪੱਕੇ ਤੌਰ ਦੇ ਉੱਤੇ ਛੋਲੇ ਕੁਲਚੀਆਂ ਦੀਆਂ ਰੇੜੀਆਂ ਲਵਾਤੀਆਂ ਕਈ ਥਾਵਾਂ ਤੇ ਨੂਡਲੀ ਬਣੀ ਜਾਂਦੇ ਆ ਕਈ ਥਾਵਾਂ ਤੇ ਪਿਛਲੇ ਇੱਕ ਹਫ਼ਤੇ ਤੋਂ ਪਕੌੜੇ ਤੜੀ ਜਾਂਦੇ ਆ ਕੜਾਈਆਂ ਚੜੀਆਂ ਵੀਆਂ ਕੜਾਈਆਂ ਪਿੰਡ ਦੇ ਬੰਦੇ ਦੇ ਕੋਲੋਂ ਮੁਫਤ ਦੇ ਵਿੱਚ ਆਪਾਂ ਖਾ ਕੇ ਤੇ ਹਏ ਕਾਹਦੇ ਜੋਗੇ ਇਹ ਦੱਸੋ ਮਨ ਲਓ ਉਦਾਹਰਣ ਦੇ ਤੌਰ ਤੇ ਉੱਤੇ ਵੀ ਆਪਾਂ ਇੱਕੋ ਪਿੰਡ ਦੇ ਵਾਸੀ ਹੋਏਗੀ ਤੇ ਤੁਹਾਡੇ ਕੋਲੋਂ ਮੈਂ ਖਾਈ ਜਾਵਾਂ ਤੇ ਯਾਰ ਮੈਂ ਮਰਿਆ ਮੇਰੀ ਜ਼ਮੀਰ ਨਹੀਂ ਹੈਗੀ ਕੋਈ ਜਿਉਂਦੀ ਜਾਗਦੀ ਰੱਖੋ ਯਾਰ ਜ਼ਮੀਰ ਤੁਸੀਂ ਇਹ ਗੱਲ ਕਹਿਣ ਲੱਗ ਜਾਣੀ ਆ ਪਿੰਡ ਦਾ ਇਹਨੇ ਕੁਝ ਨਹੀਂ ਸਵਾਰਿਆ ਤੁਸੀਂ ਪਕੌੜੇ ਥੋੜੇ ਖਾਦੇ ਸੀ ਉਹ ਤਾਂ ਪਰ ਰਸ ਭਰੀਆਂ ਦੇ ਪਰਚਾਂਡੇ ਡਾਰਤੇ ਆ ਇੰਨੀ ਨੇਰੀ ਲਿਆਂਦੀ ਹੱਥ ਕੀ ਯਕੀਨ ਮੰਨਿਓ ਹਰਮਨਜੀਤ ਵੀ ਇੰਨੀ दारू ਇੰਨੀ दारू ਇੰਨੀ दारू ਹੱਥ ਕੀ ਚੱਲੀ ਆ ਬਈ ਉਹਨਾਂ ਦਾ ਤਾਂ ਪਤਾ ਨਹੀਂ ਵੋਟਾਂ ਪੈਣਗੀਆਂ ਨਹੀਂ ਪੈਣਗੀਆਂ ਕੌਣ ਜਿੱਤੂ ਕੌਣ ਹਾਰੂ ਪਰ ਆਪਣਾ ਲੀਵਰ ਤਾਂ ਆਪਣਾ ਹੀ ਐ ਇਹ ਤਾਂ ਨਾਲ ਮੁੜ ਕੇ ਵੋਟਾਂ ਪੈਣੀਆਂ ਤੇ ਨਾਲ ਮੁੜ ਕੇ ਹੋਰ ਲੱਗਣਾ ਇਹ ਬਹੁਤ ਮਹਿੰਗਾ ਸੌਦਾ ਹੈ ਜੇ ਹੋਰ ਵੀ ਲਵਾਉਣਾ ਹੋਵੇ ਲੀਵਰ ਬਾਰੇ ਹੀ ਸੋਚ ਲਈਏ ਆਪਦੇ ਟੱਬਰ ਬਾਰੇ ਸੋਚ ਲਈਏ ਸਭ ਤੋਂ ਵੱਡੀ ਗੱਲ ਇਹ ਹੈ ਜਟਾਣਾ ਸਾਹਿਬ ਪਤਾ ਨਹੀਂ ਕਿਹੋ ਜੇ ਬੇਜ਼ਮੀਰੋ ਲੋਕ ਹੁੰਦੇ ਨੇ ਜਿਹੜੇ ਖਾ ਪੀ ਕੇ ਤੇ ਮੁੜ ਕੇ ਅੱਖਾ ਚੱਖਾ ਮਾ ਕੇ ਗੱਲ ਕਰ ਲੈਂਦੇ ਫਿਰ ਮੂਰੇ ਆ ਜਾਂਦੇ ਵੀ ਸਾਡੀ ਜ਼ਮੀਰ ਹਲੂਣਾ ਨਹੀਂ ਦਿੰਦੀ ਯਾਰ ਇਹਦੇ ਕੋਲੋਂ ਮੈਂ ਮੁਫਤ ਦਾ ਖਾਦਾ ਐ ਇਹਦੇ ਕੋਲੋਂ ਮੁਫਤ ਦੀਆਂ ਚੀਜ਼ਾਂ ਮੈਂ ਪੀਤੀਆਂ ਨੇ ਤੇ ਮੈਂ ਫੇਰ ਇਹਦੇ ਮੂਰੇ ਆ ਕੇ ਖੜਾ ਕਿੰਨੀ ਕਿਜ਼ਤ ਕਰਦੇ ਹੁਣ ਜਿਹੜੋ ਪੰਜਾਬ ਨੂੰ ਕੱਲੀਆਂ ਸਿਆਸੀ 파ਟਗਣੇ ਨਹੀਂ ਪੰਜਾਬ ਨੂੰ ਪੰਜਾਬੀਆਂ ਨੇ ਵੀ ਬਰਬਾਦ ਕੀਤਾ ਤੇ ਜਦੋਂ ਵਿਧਾਨ ਸਭਾ ਦੀਆਂ ਤੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨਾ ਕਹਿਣਗੇ ਨਸ਼ਾ ਮੁਕਤ ਪੰਜਾਬ ਨਹੀਂ ਬਣਾਉਂਦੇ ਇਹ ਸਾਡੇ ਪਿੰਡ ਦੇ ਵਿੱਚ ਠੇਕਾ ਇਹਨਾਂ ਨੇ ਖਲਵਾਇਆ ਨਸ਼ੇ ਇਹਨਾਂ ਨੇ ਵਰਤਾਏ ਹੁਣ ਤੁਸੀਂ ਪਿੰਡ ਦਾ ਬੰਦਾ ਪਿੰਡ ਦੇ ਬੰਦੇ ਕੋਲ ਨਸ਼ਾ ਲੈਣੇ ਹੋ ਜੀ ਪਿੰਡ ਦਾ ਬੰਦਾ ਜਿੱਤਨ ਦੀ ਖਾਤਰ ਪਿੰਡ ਦੇ ਬੰਦੇ ਨੂੰ ਮੰਡੀ ਜਾਂਦਾ ਤੇ ਭਾਈ ਤੁਸੀਂ ਵੀ ਤਾਂ ਪਿੰਡ ਬਰਬਾਦ ਕੀਤਾ ਟਾਰਾ ਸਾਹਿਬ ਮੈਂ ਨਾ ਕੁਸ਼ਕ ਲਾਈਨਾਂ ਪੜੀਆਂ ਮੈਨੂੰ ਵਾਕਈ ਸਹੀ ਲੱਗੀਆਂ ਕਿਸੇਰੇ ਬੜੀਆਂ ਸੋਹਣੀਆਂ ਲਿਖੀਆਂ ਕਹਿੰਦੇ ਪਿਛਲੇ ਕੁਸ਼ਕ ਦਿਨਾਂ ਤੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਅਣਥੱਕ ਸੂਝਵਾਨ ਬਹੁਤ ਹੀ ਮਿਹਨਤੀ ਪਿੰਡ ਨੂੰ ਪਿਆਰ ਕਰਨ ਵਾਲੇ ਪੰਜਾਬ ਬਾਰੇ ਸੋਚਣ ਵਾਲੇ ਲੋਕਾਂ ਦਾ ਹੜ ਆਇਆ ਹੋਇਆ ਹੂੰ ਵੀ ਮੈਂ ਸਭ ਤੋਂ ਸੂਝਵਾਨ ਪਿੰਡ ਦਾ ਸਭ ਤੋਂ ਮੈਨੂੰ ਹੀ ਪਿਆਰ ਹੈ ਪਿੰਡ ਦਾ ਵਿਕਾਸ ਮੈਂ ਹੀ ਕਰ ਸਕਦਾ ਅਣਥੱਕ ਮਿਹਨਤੀ ਗਰੀਬਾਂ ਦੇ ਬਾਰੇ ਚ ਸੋਚਣ ਵਾਲਾ ਗਰੀਬਾਂ ਨੂੰ ਪਿਆਰ ਕਰਨ ਵਾਲਾ ਇਹੋ ਜਿਹੇ ਲੋਕਾਂ ਦਾ ਬਹੁਤ ਜ਼ਿਆਦਾ ਹੜ ਆਇਆ ਹੋਇਆ ਵੇਖਿਓ ਕਿਤੇ ਇਸ ਹੜ ਚ ਨਾ ਰੁੜ ਜਾਈਏ ਤੇ ਜਿਹੜੇ ਪਿੰਡਾਂ ਚ ਸਰਬਸੰਮਤੀ ਹੋਈ ਆ ਜਾਂ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਮੁਕਤ ਚੋਣ ਲੜੀ ਜਾ ਰਹੀ ਹੈ ਕਈ ਪਿੰਡ ਐਸੇ ਵੀ ਆ ਜਿੱਥੇ दारू ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾ ਰਹੀ ਕੋਈ ਭੁੱਕੀ ਨਹੀਂ ਕੋਈ ਲਾਲਚ ਨਹੀਂ ਸੋਹਿਰਦ ਉਮੀਦਵਾਰ ਤੇ ਲੋਕਾਂ ਨੇ ਵੋਟ ਪਾਉਣੀ ਆ ਨਹੀਂ ਪਾਉਣੀ ਉਹ ਕਦੇ ਤੁਹਾਡੀ ਮਰਜ਼ੀ ਆ ਪਰ ਅਸੀਂ ਕੁਝ ਨਹੀਂ ਵੰਡਣਾ ਜੀ ਇਹੋ ਜਿਹੇ ਲੋਕ ਵੀ ਹੈਗੇ ਆ ਬਹੁਤ ਖੂਬ ਬਹੁਤ ਹੀ ਹਾਜ਼ਰ ਹੈ ਜੰਝਦਾ ਵੀ ਚਾਹ ਟਣਾ ਸਾਹਿਬ ਤੁਸੀਂ ਸੂਝਵਾਨ ਲੋਕਾਂ ਦੀ ਗੱਲ ਕੀਤੀ ਤੁਸੀਂ ਕਿਹਾ ਵੀ ਪਿੰਡ ਦੇ ਵਿੱਚ ਬਹੁਤ ਸਾਰੇ ਪਿੰਡ ਇਹੋ ਜਿਹੇ ਜਿੱਥੇ ਸਰਵਸੰਮਤੀਆਂ ਹੁੰਦੀਆਂ ਪਈਆਂ ਨੇ ਜਿੱਥੇ ਵਾਕਈ ਨਾ ਨਸ਼ਾ ਵੰਡਿਆ ਜਾ ਰਿਹਾ ਨਾ ਨਸ਼ੇ ਦੀ ਕੋਈ ਗੱਲ ਹੋ ਰਹੀ ਲੋਕ ਕਹਿੰਦੇ ਨੇ ਵੀ ਜਿਨੇ ਵੋਟ ਪਾਉਣੀ ਆ ਭਾਈ ਪਾਓ ਜਿਨੇ ਨਹੀਂ ਪਾਉਣੀ ਨਾ ਪਾਓ ਪਰ ਕੁਝ ਇੱਕ ਪਿੰਡ ਇਹੋ ਜਿਹੇ ਨੇ ਜਿੱਥੇ 1 ਨਹੀਂ 2 ਨਹੀਂ 20 ਨਹੀਂ 30 ਨਹੀਂ ਟੈਣਾ ਸਾਹਿਬ 70 70 72 72 ਸਾਲਾਂ ਤੋਂ ਸਰਬਸੰਮਤੀ ਹੋ ਰਹੀ ਆ ਬਹੁਤ ਹੋ ਤੇ ਇਹੋ ਜੇ ਪਿੰਡ ਅੱਜ ਪੰਜਾਬ ਦੇ ਲਈ ਮਿਸਾਲ ਬਣੇ ਖੜੇ ਨੇ ਤਾਂ ਸਾਹਿਬ ਇੱਕ ਰਿਪੋਰਟ छਪੀ ਅਖਬਾਰ ਦੇ ਵਿੱਚ ਤੇ ਉਹਨੇ ਸਾਰੀਆਂ ਗੱਲਾਂ ਬਿਆਨ ਕੀਤੀਆਂ ਕਿ 72 ਸਾਲ ਤੋਂ ਨਵਾਂ ਸ਼ਹਿਰ ਦਾ ਇੱਕ ਪਿੰਡ ਹੈ ਗੋਲੂ ਮਾਜਰਾ ਗੋਲੂ ਮਾਜਰਾ ਜੀ ਉਸ ਪਿੰਡ ਦੇ ਵਿੱਚ ਕਹਿੰਦੇ 72 ਸਾਲ ਹੋ ਗਏ ਸਰਪੰਚੀ ਲਈ ਵੋਟਾਂ ਨਹੀਂ ਪਈਆਂ ਸਿਰਫ ਤੇ ਸਿਰਫ ਸਰਬਸੰਮਤੀ ਨਾਲ ਚੁਣਿਆ ਜਾਂਦਾ ਸਰਪੰਚ ਤੇ ਕਹਿੰਦੇ ਪਿੰਡ ਦਾ ਜਿਹੜਾ ਵੀ ਕੋਈ ਮਸਲਾ ਹੋਵੇ ਉਹ ਜਿਹੜੇ ਬਜ਼ੁਰਗ ਨੇ ਉੱਥੋਂ ਦੇ ਉਹ ਹੱਲ ਕਰਦੇ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਜਾਂਦੀ ਕੋਈ ਵਿਰਲਾ ਟਾਵਾਂ ਹੋਊਗਾ ਮਸਲਾ ਜਿਹੜਾ ਕਿ ਥਾਣੇ ਤੱਕ ਜਾਂਦਾ ਪਰ ਬਹੁਤੇ ਮਸਲੇ ਉਸ ਪਿੰਡ ਦੇ ਵਿੱਚ ਹੀ ਹੱਲ ਕਰ ਲਏ ਜਾਂਦੇ ਤੇ ਬਕਾਸ ਵੀ ਆ ਤੇ ਭਾਈ ਚਾਰਕ ਸਾਂਝ ਵੀ ਆ ਜੀ ਤੇ ਇਸੇ ਤਰ੍ਹਾਂ ਇੱਕ ਹੁਸ਼ਿਆਰਪੁਰ ਦਾ ਪਿੰਡ ਹੈ ਜੀ ਖੇੜਾ ਕੋਟਲੀ ਉੱਥੇ ਵੀ ਚੋਣਾ ਨਹੀਂ ਹੋਈਆਂ 72 ਸਾਲ ਬਹੁਤ ਵਧੀਆ ਗੱਲ ਆ ਜੇ 72 72 ਸਾਲ ਬਿਨਾ ਚੋਣਾ ਤੋਂ ਕੱਢ ਸਕਦੇ ਆ 65 65 ਸਾਲ ਬਿਨਾ ਚੋਣਾ ਤੋਂ ਕੱਢ ਸਕਦੇ ਆ ਮਤਲਬ ਸਰ ਸਕਦਾ ਪਰ ਉਹਦੇ ਲਈ ਬੜਾ ਜ਼ਰੂਰੀ ਆ ਹਰਮਨ ਜੀ ਇਹ ਨਾ ਚਲੋ ਵੈਸੇ ਵੀ ਗੱਲ ਕਰਨੀ ਚਾਹੀਦੀ ਵੀ ਜੇ ਧੌਣ ਚ ਕੀਲਾ ਨਾ ਹੋਵੇ ਇਹ ਤਾਂ ਸਰਬਸੰਮਤੀ ਹੁੰਦੀ ਆ ਨੀ ਤਾਂ ਕਈ ਪਿੰਡਾਂ ਦੇ ਵਿੱਚ ਇਤਕੀ ਸਰਬਸੰਮਤੀ ਹੋਈ ਤੇ ਮੇਰੇ ਅਰਗਵ ਵਿਚਾਰੇ ਕਹਿੰਦਾ ਐ ਨਹੀਂ ਗੱਲ ਨਹੀਂ ਬਣੀ ਮੈਂ ਤਾਂ ਕਾਗਜ਼ ਦਾਖਲ ਕਰਕੇ ਆਉਣਾ ਤੇ ਭੱਜ ਕੇ ਕਾਗਜ਼ ਭਰਿਆ ਆ ਤੇ ਫਿਰ ਦੂਜੇ ਨੂੰ ਵੀ ਚੋਣ ਲੜਨੀ ਪੈ ਰਹੀ ਆ ਹਾਲਾਂਕਿ ਹੋ ਸਕਦਾ 15 ਤਰੀਕ ਨੂੰ ਹਾਰ ਵੀ ਜਾਵੇ ਪਰ ਉਹਨੇ 8-7 ਦੇ ਤਾਂ ਵਕਤ ਪਤਾ ਨਾ ਤੇ ਉਹ ਇਹਦੇ ਵਿੱਚ ਜਿੱਤਿਆ ਮਹਿਸੂਸ ਕਰੂਗਾ ਕਿ ਮੈਂ ਤਾਂ ਵੀ ਹਨਾ 7 ਦਿਨ ਵੰਜ ਤੇ ਟੰਗ ਤੇ ਸਾਰੇ ਸਹੀ ਗੱਲ ਮੈਂ ਨਹੀਂ ਰੀ ਲਿਆਤੀ ਟੈਣਾ ਸਾਹਿਬ ਕਿਸੇ ਨੇ ਨਾ ਵੀਡੀਓ ਜੀ ਇੱਕ ਪਾਈ ਹੋਈ ਸੀ ਮੈਂ ਉਹ ਵੇਖੀ ਤੇ ਮੈਨੂੰ ਉਹ ਸੀ ਤਾਂ ਵੈਸੇ ਹਸਾਉਣ ਦੇ ਲਈ ਹਨਾ ਤੇ ਉਹ ਕੁਝ ਇੱਕ ਪਿੰਡਾਂ ਦੀ ਮੈਨੂੰ ਲੱਗਦਾ ਵੀ ਅਸਲੀ ਹਾਲਤ ਵੀ ਇਹੋ ਜੀ ਸੀ ਕਹਿੰਦਾ ਵੀ ਪਿੰਡ ਦੇ ਵਿੱਚੋਂ ਦੋ ਜਣੇ ਸਰਪੰਚੀ ਦੇ ਲਈ ਖੜੇ ਹੋਏ ਹੁਣ ਦੋਵੇਂ ਆਪਾਂ ਨੂੰ ਜਾਣਦੇ ਸੀ ਜੇ ਦੂਜੇ ਨੂੰ ਵੋਟ ਪਾਉਂਦੇ ਤਾਂ ਪਹਿਲੇ ਨੇ ਗੁੱਸਾ ਕਰ ਜਾਣਾ ਸੀ ਪਹਿਲੇ ਨੂੰ ਵੋਟ ਪਾਉਂਦੇ ਦੂਜੇ ਨੇ ਗੁੱਸਾ ਕਰ ਜਾਣਾ ਸੀ ਇਸ ਲਈ ਮੈਂ ਨਵਾਂ ਹੱਲ ਕੱਢਿਆ ਮੈਂ ਆਪ ਵੀ ਕਾਗਜ਼ ਦਾਖਲ ਕਰਿਆ ਅੱਛਾ ਨਾ ਉਹਨੂੰ ਪਾਉਣੀ ਨਾ ਉਹਨੂੰ ਵੋਟ ਪਾਉਣੀ ਵਾਹ ਉਹਨਾਂ ਦੋਵਾਂ ਨੂੰ ਰੁੱਸਣ ਨਹੀਂ ਦੇਣਾ ਇਸ ਲਈ ਆਪ ਵੀ ਕਾਗਜ਼ داخل ਕਰਿਆ ਹੈ ਤੇ ਜਿਹੜੇ ਚਮਚੇ ਆ ਨਾ ਉਹਨਾਂ ਦੀ ਕੁਝ ਕੁ ਘੰਟੇ ਤੱਕ ਚਾਂਦੀ ਆ ਹੂੰ ਵੈਸੇ ਪਹਿਲਾਂ ਚਮਚੇ ਚਾਂਦੀ ਦੇ ਹੁੰਦੇ ਸੀ ਅੱਜ ਕੱਲ ਚਮਚਾਂ ਦੀ ਚਾਂਦੀ ਆ ਜੀ ਇਹ ਚਮਚੇ ਜਿਹੜੇ ਉਹਨਾਂ ਨੇ ਕਿਸੇ ਨੂੰ ਟਿਕਟ ਨਹੀਂ ਦਿੱਤਾ ਇਹ ਚਮਚੇ ਉਹ ਆ ਜਿਹੜੇ ਕੇ ਸਰਪੰਚੀ ਦੇ ਉਮੀਦਵਾਰਾਂ ਦੇ ਪਿੱਛੇ ਪਿੱਛੇ ਪੂਛ ਲਾਉਂਦੇ ਰਹੇ ਜਿਹੜੇ ਮੁਫਤਲੀ दारू ਪੀਣ ਦੀ ਖਾਤਰ ਕੋਈ ਨਾ ਕੋਈ ਉਂਗਲ ਲਾਈ ਰੱਖਣੀ ਆ ਲੱਗ ਸੋਹਣੀ ਜਿਹੀ ਕੁੱਕੜ ਦੀ ਲੱਤ ਹੋਵੇ ਸੋਨਾ ਜਾਂ ਕੀਮਾ ਨਾਨ ਹੋਵੇ ਮੱਛੀ ਮੁਚੀ ਦੇ ਚੱਕਰ ਦੇ ਵਿੱਚ ਇਹਨਾਂ ਚਮਚਾ ਨੇ ਬੜੀ ਨੇਰੀ ਲਿਆਂਦੀ ਆ ਇਹ ਚਮਚੇ 15 ਤਰੀਕ ਤੋਂ ਬਾਅਦ ਪਿੰਡ ਦੇ ਵਿੱਚ ਇੱਕ ਪੈਸੇ ਦੀ ਬੁਕਤ ਵਾਲੇ ਨਹੀਂ ਹੋਣਗੇ ਇਹਨਾਂ ਦੀ ਪਿਛਲੇ 2 ਹਫ਼ਤਿਆਂ ਤੋਂ ਕਾफी ਬੁਕਤ ਸੀ ਵੀ ਆਪਾਂ ਕਾਫਲਾ ਜਾਂ ਬਣਾ ਕੇ ਜਾਣਾ ਪਤਾ ਸਾਰੇ ਪਿੰਡ ਨੂੰ ਵੀ ਇਹ ਕਾਰੇ ਜੋਗੇ ਆ ਜੀ ਇਹਨਾਂ ਨੂੰ ਜਿਹਨੇ दारू ਦੀ ਘੁੱਟ ਦੇਤੀ ਇਹ ਉਹਦੇ ਆ ਇਸ ਕਰਕੇ ਆਪਦੀ ਕੀਮਤ ਤੁਸੀਂ ਕੜਛੇ ਜਿੰਨੀ ਰੱਖਣੀ ਆ ਬੇਲਟ ਜਿਨੀ ਰੱਖਣੀ ਆ ਚਮਚੇ ਜਿਨੀ ਰੱਖਣੀ ਆ ਜਾਂ ਜਿਹੜਾ ਨੂਡਲ ਖਾਣ ਵਾਲੀ ਤੰਗਲੀ ਜੀ ਹੁੰਦੀ ਆ ਹਮ ਫੋਕ ਹਾਂ ਫੋਕ ਕਾਂਟਾ ਕਾਂਟਾ ਲਗਾ ਹਾਂ ਉਹ ਜਿ ਨਹੀਂ ਰੱਖਣੀ ਆ ਇਹ ਤੁਹਾਡੀ ਮਰਜ਼ੀ ਆ ਦੇਖੋ ਗੱਲ ਇਹ ਹੈ ਟੈਨਾ ਸਾਹਿਬ ਵੀ ਨਾ ਪਤਾ ਨਹੀਂ ਮੈਂ ਇਹ ਸੋਚਦੀ ਹੁੰਨੀ ਆ ਵੀ ਇਹਨਾਂ ਲੋਕਾਂ ਨੂੰ ਕੋਈ ਸਮਝਾਉਣ ਵਾਲਾ ਹੈ ਨੀਗਾ ਵੀ ਜਰਾ ਸੋਚ ਕੇ ਵੇਖੋ ਜਿਹੜੇ ਚਮਚੇ ਨੇ ਕਿ ਤੁਸੀਂ ਮਤਲਬ ਆਪਣੇ ਵੱਲੋਂ ਤਾਂ ਪੂਰਾ ਕਿਸੇ ਦੀ ਚਮਚਾਗਿਰੀ ਕਰ ਰਹੇ ਹੋ ਆਪਣੇ ਵੱਲੋਂ ਤਾਂ ਪੂਰਾ ਪੈਗ ਛਾ ਗਲਾ ਰਹੇ ਹੋ ਤੁਹਾਨੂੰ ਲੱਗਦਾ ਬੜੀ ਟੌਰ ਆ ਮੈਂ ਜਾ ਕੇ ਟੇਬਲ ਤੇ ਬਾਅਦ ਚ ਬਹਿਣਾ ਪਹਿਲਾਂ ਮੇਰੇ ਲਈ ਪੈਗ ਤਿਆਰ ਹੁੰਦਾ ਹੈ ਲੈਗ ਤਿਆਰ ਹੁੰਦੀ ਹੈ ਹਨਾ ਸੋਚ ਕੇ ਵੇਖੋ ਕਿ ਜਿਹੜਾ ਤੁਹਾਨੂੰ ਮੁਫਤ ਦੇ ਵਿੱਚ ਇਹ ਖਵਾ ਪਿਆ ਰਿਹਾ ਉਹ ਤੁਹਾਡੀ ਕਿੰਨੀ ਕਿ ਇੱਜ਼ਤ ਕਰਦਾ ਹੋਊਗਾ ਉਹਦੇ ਲਈ ਤੁਸੀਂ ਕੀ ਹੋ ਤੁਹਾਡੀ ਔਕਾਤ ਦਾ ਉਹਨੂੰ ਪਤਾ ਵੀ ਇਹ ਕਿੰਨੇ ਕ ਚੋਂਗਾ ਜੀ ਇਹਨੂੰ 5-7 ਦਿਨ ਖਵਾਓ ਤੇ ਭਾਵੇਂ ਠੱਠੇ ਖੂਸੜ ਦਿਓ ਤੁਸੀਂ ਸੋਚਦੇ ਤੁਸੀਂ ਚਲਾ ਕੋ ਉਹ ਬੋਤਲਾ ਕਾ ਹੂੰ ਉਹਦੇ ਕੋਲੇ ਹੈਗੇ ਆ ਉਹ ਤਾਂ ਲਾਈ ਜਾਂਦਾ ਤੇ ਤੁਸੀਂ ਬਾਅਦ ਦੇ ਵਿੱਚ ਇਹ ਗੱਲ ਕਹਦੇ ਹੋਨੇ ਆ ਜ਼ਹਿਰੀਲੀ ਛਰਾ ਪਿਆ ਕੇ ਤੇ ਫਿਰ ਸਾਡਾ ਨੁਕਸਾਨ ਕਰਤਾ ਇਹ ਵੋਟਾਂ ਦੇ ਮੌਕੇ ਆ ਨਾ ਜਿਹੜੀ ਉਹਨੇ ਖਰਾਬ ਕੀਤਾ ਪਾ ਨੂੰ ਜੀ ਕੋਈ ਕਿਸੇ ਨੂੰ ਧੱਕੇ ਨਾਲ ਨਹੀਂ ਪਿਆਉਂਦਾ ਆਪਣਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਸੋ ਇਸ ਲਈ ਅਸੀਂ ਚਾਹੁੰਦੇ ਆ ਪੰਜਾਬ ਦੇ ਪਿੰਡ ਵਿਕਾਸ ਕਰਨ ਪੰਜਾਬ ਦੇ ਪਿੰਡਾਂ ਦੇ ਲੋਕਾਂ ਦਾ ਵਿਕਾਸ ਹੋਵੇ ਉਹਨਾਂ ਦੇ ਜਿਹੜੇ ਮੁੱਦੇ ਨੇ ਜਿਹੜੇ ਮਸਲੇ ਨੇ ਉਹ ਹੱਲ ਹੋਣ ਤੇ ਇਹਦੀ ਕਾਮਨਾ ਕਰਦੇ ਆ ਅਸੀਂ ਤਾਂ ਵੀ ਭਾਵੇਂ ਕਿਸੇ ਵੀ ਤਰੀਕੇ ਕੋਈ ਵੀ ਸਰਪੰਚ ਬਣੇ ਹੁਣ ਤਾਂ ਇਹ ਕਹਿਣਾ ਬਣਦਾ ਟਾਣਾ ਸਾਹਿਬ ਕਿਉਂਕਿ ਕਿਸੇ ਨੇ ਸਮਝਾਇਆ ਕਿਸੇ ਨੂੰ ਸਮਝ ਨਹੀਂ ਆਉਂਦੀ ਸੋ ਇਸ ਲਈ ਜਿਹੜਾ ਵੀ ਸਰਪੰਚ ਬਣੇ ਪਿੰਡ ਦਾ ਵਿਕਾਸ ਜ਼ਰੂਰ ਕਰੇ ਬਿਲਕੁਲ ਸੱਚ ਲੋ ਆ ਵੀ ਹਾਜ਼ਰ ਹੈ ਜੱਜ ਦਾ ਵਿਚਾਰ ਹਰਮਿੰਜੀ ਜਲੰਧਰ ਦਾ ਕੁਲੜ ਪੀ ਦਾ ਜਿਹੜਾ ਜਿਹੜਾ ਉਹਦੇ ਮੀਆਂ ਬੀਬੀ ਆ ਉਹ ਇੱਕ ਵਾਰ ਫੇਰ ਵਿਵਾਦਾਂ ਦੇ ਵਿੱਚ ਆ ਦੇਖੋ ਬਹੁਤ ਸਾਰੇ ਭੈਣਾ ਵੀਰੇ ਗੱਲ ਕਹਿੰਦੇ ਕਿ ਇਹਨਾਂ ਦੀ ਗੱਲ ਕਰਨੀ ਕਿਉਂ ਪਰ ਇਹ ਇੱਕ ਉਦਾਹਰਨ ਆ ਸਾਡੇ ਪੰਜਾਬੀ ਸਮਾਜ ਦੇ ਮੂਰੇ ਗੌਰ ਨਾਲ ਸੁਣੋ ਕਿ ਉਦਾਹਰਨ ਕਿਵੇਂ ਆ ਜਦੋਂ ਇਸ ਜੋੜੇ ਨੇ ਆਪਣਾ ਕੰਮ ਜਲੰਧਰ ਦੇ ਵਿੱਚ ਸ਼ੁਰੂ ਕੀਤਾ ਉਦੋਂ ਇਹਨਾਂ ਦੀ ਚਰਚਾ ਇਸ ਕਰਕੇ ਹੋਈ ਵੀ ਇੱਕ ਨੌਜਵਾਨ ਜੋੜਾ ਮੀਆਂ ਬੀਬੀ ਜਿਨ੍ਹਾਂ ਨੇ ਕਿਰਤ ਕਰਨੀ ਸ਼ੁਰੂ ਕੀਤੀ ਹੈ ਉਹਨਾਂ ਨੂੰ ਪੰਜਾਬੀ ਸਮਾਜ ਨੇ ਕਿੰਨਾ ਪਿਆਰ ਦਿੱਤਾ ਸਤਿਕਾਰ ਦਿੱਤਾ ਤੇ ਉਹਨਾਂ ਦਾ ਕਾਰੋਬਾਰ ਕਿੰਨਾ ਸੋਹਣਾ ਚੱਲਣ ਲੱਗਿਆ ਸਹੀ ਪਰ ਬਹੁਤ ਸਾਰੇ ਲੋਕ ਹੁੰਦੇ ਜਿਹੜੇ ਪੈਸੇ ਆ ਜਾਣ ਤੋਂ ਬਾਅਦ ਜਾਂ ਮਸ਼ਹੂਰੀ ਆਉਣ ਤੋਂ ਬਾਅਦ ਲੀਤੋਂ ਲੱਥ ਜਾਂਦੇ ਆ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਜੋੜਾ ਮੈਨੂੰ ਲੱਗਦਾ ਕਦੇ-ਕਦੇ ਫਿਰ ਇਹਨਾਂ ਨੇ ਆਪਣੀਆਂ ਉਡ ਪਟਾਂਗ ਜੀਆਂ ਵੀਡੀਓ ਸ਼ੁਰੂ ਕਰਤੀਆਂ ਚਾਹੀਦਾ ਸੀ ਤਜਰਬੇ ਕੀਤੇ ਜਾਣ ਪੀਜ਼ੇ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਰੈਸਟੋਰੈਂਟ ਦੇ ਵਿੱਚ ਬਣਦੀਆਂ ਉਹ ਇੱਚ ਤਜਰਬੇ ਕਰਦੇ ਵੀ ਭਾਈ ਹੁਣ ਅਸੀਂ ਆਹ ਲੈ ਕੇ ਆਏ ਹੁਣ ਅਸੀਂ ਆਹ ਲੈ ਕੇ ਆਏ ਹੁਣ ਅਸੀਂ ਐ ਕਰ ਲਿਆ ਹੁਣ ਅਸੀਂ ਐਉਂ ਕਰ ਲਿਆ ਇਹ ਪੈ ਕੇ ਹੋਰ ਰਾਹ ਦੇ ਉੱਤੇ ਚਲੋ ਅਲੋਚਨਾ ਹੋਣ ਲੱਗ ਪਈ ਫਿਰ ਇੰਨੀਆਂ ਗੰਦੀ ਮੰਦੀ ਵੀਡੀਓ ਆ ਗਈ ਫਿਰ ਇੰਦੀ ਹੋਰ ਮਿੱਟੀ ਪੱਟੀ ਗਈ ਉਸ ਤੋਂ ਬਾਅਦ ਇਹਨਾਂ ਨੇ ਰੀਲਾ ਰੂਲਾ ਵਾਲਾ ਕੰਮ ਸ਼ੁਰੂ ਕਰ ਲਿਆ ਤੇ ਹੁਣ ਗੱਲ ਇੱਥੇ ਆ ਕੇ ਪਹੁੰਚ ਗਈ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਇਹ ਗੱਲ ਕਹਿਣੀਆਂ ਬਾਬਾ ਬੁੱਢਾ ਦਲ ਦੇ ਇਹਨਾਂ ਹੈਂਗ ਜਿਹੜੇ ਮਾਨ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਭਾਵੇਂ ਜੋ ਮਰਜ਼ੀ ਕਰੇ ਉਸ ਤੋਂ ਬਾਅਦ ਰੋਡਾ ਭੱਡਾ ਹੋ ਕੇ ਸਾਨੂੰ ਕੋਈ ਨਹੀਂ ਤੇ ਜਾਂ ਫੇਰੀ ਇਹੋ ਜੇ ਕੰਮ ਕਰਨੋਂ ਹਟ ਜੇ ਹੁਣ ਇਸ ਮੁੰਡੇ ਨੇ ਗੱਲ ਕਹੀ ਹੈ ਕੁਲੜ ਪੀਦਾ ਵਾਲੇ ਨੇ ਕਿ ਅਸੀਂ ਜਥੇਦਾਰ ਸਾਹਿਬ ਦੇ ਕੋਲੇ ਜਾਵਾਂਗੇ ਕਿ ਕੀ ਮੈਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਹੈ ਜਾਂ ਨਹੀਂ ਅੱਜ ਵੀ ਜਲੰਧਰ ਦੇ ਵਿੱਚ ਰੌਲਾ ਪਿਆ ਅੱਜ ਨੇ ਹੰਗ ਸਿੰਘ ਥਾਣੇ ਦੇ ਵਿੱਚ ਗਏ ਸੀ ਗੱਲ ਕੁਲ ਮਿਲਾ ਕੇ ਇਹ ਆ ਵੀ ਜਦੋਂ ਕੋਈ ਵੀ ਬੰਦਾ ਪੈਰ ਛੱਡ ਜਾਂਦਾ ਜਦੋਂ ਕੋਈ ਵੀ ਬੰਦਾ ਕਾਮਯਾਬੀ ਤੋਂ ਬਾਅਦ ਹੋਰ ਰਾਹਾਂ ਦੇ ਉੱਤੇ ਤੁਰ ਪੈਂਦਾ ਤਾਂ ਉਹਦੀ ਝੋਲੀ ਦੇ ਵਿੱਚ ਵਿਵਾਰ ਪੈਂਦੇ ਵੈਸੇ ਤਾਂ ਪੌਣਾ ਪੰਜਾਬ ਇਸ ਵੇਲੇ ਅੱਧਾ ਪੌਣਾ ਪੰਜਾਬ ਰੀਲਾਂ ਦੇ ਵਿੱਚ ਲੱਗਾ ਪਿਆ ਪਰ ਉਹਨਾਂ ਰੀਲਾਂ ਦੇ ਕਰਕੇ ਮੈਂ ਨਹੀਂ ਦੇਖਿਆ ਵੀ ਭਾਈ ਤੁਸੀਂ ਅਮਰ ਹੋ ਗਏ ਆ ਜਿਹੜਾ ਤੁਹਾਨੂੰ ਕੰਮ ਆਉਂਦਾ ਤੁਸੀਂ ਜਦੋਂ ਉਹ ਕਰਨੋਂ हट ਜਾਂਦੇ ਆ ਤੇ ਕਦੇ ਡਾਂਸ ਜਾ ਇੱਧਰ ਕਰ ਲਿਆ ਤੇ ਕਦੇ ਡਾਂਸ ਜਾ ਉੱਧਰ ਕਰ ਲਿਆ ਕਦੇ ਹੁੱਲੇ ਹੁਲਾਰੇ ਇੱਧਰ ਕਰ ਲੇ ਤੇ ਕਦੇ ਹੁੱਲੇ ਹੁਲਾਰੇ ਇੱਧਰ ਕਰ ਲੇ ਤੇ ਫਿਰ ਭਾਈ ਮਿੱਟੀ ਪੱਟੀ ਜਾਂਦੀ ਆ ਅਸੀਂ ਦਸਤਾਰ ਦਾ ਬਹੁਤ ਸਤਿਕਾਰ ਕਰਦੇ ਆ ਦਸਤਾਰ ਕੋਈ ਖੋਹ ਵੀ ਨਹੀਂ ਸਕਦਾ ਤੇ ਜੇ ਬੰਨੀ ਹੈ ਤੁਹਾਡਾ ਸਤਿਕਾਰ ਵੀ ਰੱਖਣਾ ਚਾਹੀਦਾ ਪਰ ਸਾਡੀ ਇਸ ਜੋੜੇ ਦੇ ਰਾਹੀਂ ਸਮੁੱਚੇ ਪੰਜਾਬੀ ਵਰਗ ਨੂੰ ਬੇਨਤੀ ਆ ਵੀ ਜੇਕਰ ਤੁਹਾਨੂੰ ਮਿਹਨਤ ਕਰਕੇ ਮੁਕਾਮ ਮਿਲ ਜਾਵੇ ਤਾਂ ਇਹਨਾਂ ਵਾਂਗੂ ਲੀਤੋ ਨਾ ਲੱਥਿਓ ਗੱਲ ਇਹ ਹੈ ਟਾਣਾ ਸਾਹਿਬ ਜਦੋਂ ਕੋਈ ਵੀ ਇਨਸਾਨ ਦਸਤਾਰ ਸਜਾ ਲੈਂਦਾ ਨਾ ਤੇ ਉਹਦੀ ਜ਼ਿੰਮੇਵਾਰੀ ਦੇ ਵਿੱਚ ਦੁੱਗਣਾ ਤਿਗਣਾ ਵਾਧਾ ਹੋ ਜਾਂਦਾ ਇਹ ਸੌਖੀ ਨਹੀਂ ਮਿਲਗੇ ਆਪਾਂ ਅਕਸਰ ਇਹ ਗੱਲ ਕਰਦੇ ਆਂ ਵੀ ਇਹ ਬਹੁਤ ਬਹੁਤ ਜ਼ਿਆਦਾ ਕੀਮਤੀ ਹੈ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਹੈ ਤੇ ਇਹਦੇ ਬਾਰੇ ਵਿੱਚ ਪਤਾ ਹੋਣਾ ਚਾਹੀਦਾ ਜੋ ਤੁਸੀਂ ਦਸਤਾਰ ਸਜਾ ਲੈਂਨੇ ਹੋ ਤੁਹਾਡੀ ਜਿਹੜੀ ਜ਼ਿੰਦਗੀ ਹੈ ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਥੋੜੀ ਜਿਹੀ ਨਾ ਤਬਦੀਲੀ ਚੰਗੇ ਵਾਲੇ ਪਾਸੇ ਆਉਣੀ ਜ਼ਰੂਰੀ ਹੋ ਜਾਂਦੀ ਹੈ ਹਨਾ ਪਰ ਜੋ ਕੁਝ ਵੀ ਇਹ ਵਾਪਰ ਹੈ ਇੰਟਰਨੈਟ ਦੇ ਉੱਪਰ ਮੈਂ ਕਿਸੇ ਇੱਕ ਖਾਸ ਦੀ ਗੱਲ ਨਹੀਂ ਕਰ ਰਹੀ ਵੈਸੇ ਵੀ ਸੋਸ਼ਲ ਮੀਡੀਆ ਦੇ ਉੱਪਰ ਜੋ ਕੁਝ ਵੀ ਵਾਪਰ ਹੈ ਜਦੋਂ ਦਸਤਾਰ ਸਜਾ ਕੇ ਤੇ ਊਠ ਪਟੰਗ ਜੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਕੁਝ ਵੀ ਇਹੋ ਜਿਹਾ ਕੀਤਾ ਜਾਂਦਾ ਤਾਂ ਸੱਚੀ ਨਮੋਸ਼ੀ ਹੁੰਦੀ ਹੈ ਸੱਚੀ ਬਹੁਤ ਮਨ ਦੇ ਵਿੱਚ ਖਿਆਲ ਆਉਂਦੇ ਨੇ ਵੀ ਅਸੀਂ ਕੀ ਕਰ ਰਹੇ ਹਾਂ ਸਾਨੂੰ ਕੀ ਕਰਨਾ ਚਾਹੀਦਾ ਤੁਹਾਡੀ ਇਹ ਗੱਲ ਬਿਲਕੁਲ ਵਾਜਬ ਹੈ ਵੀ ਜਿਹੜੀ ਚੀਜ਼ ਸਾਨੂੰ ਰੋਟੀ ਦਿੰਦੀ ਹੈ ਜਿੱਥੋਂ ਅਸੀਂ ਬਸ਼ੂਰ ਹੋਏ ਜਿਹੜੇ ਕੰਮ ਨੇ ਸਾਨੂੰ ਪੈਰਾਂ ਸਿਰ ਕੀਤਾ ਉਸ ਕੰਮ ਨੂੰ ਤਵੱਜੋ ਦੇਣੀ ਚਾਹੀਦੀ ਹੈ ਇਹ ਨਹੀਂ ਵੀ ਕਿਉਂਕਿ ਜਿੰਨੀਆਂ ਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਹੈ ਨਾ ਟੈਣਾ ਸਾਹਿਬ ਹਾਲਾਂਕਿ ਤੁਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਜਿਹੜਾ ਬੰਦਾ ਜਿਹਨੂੰ ਇਹ ਲੱਗਦਾ ਹੋਵੇ ਨਾ ਵੀ ਮੈਨੂੰ ਬਹੁਤ ਪਤਾ ਹੈ ਮੈਂ ਸਹੀ ਹਾਂ ਉਹਨੂੰ ਤੁਸੀਂ ਸਮਝਾ ਨਹੀਂ ਸਕਦੇ ਹਨ ਪਰ ਫਿਰ ਵੀ ਜੇ ਇਸ ਬਾਬਤ ਗੱਲ ਕੀਤੀ ਜਾਵੇ ਤਾਂ ਇਹ ਜੋ ਕੁਝ ਵਾਪਰ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹ ਵਾਕਈ ਬਹੁਤ ਗਲਤ ਹੈ ਇਦਾਂ ਨਹੀਂ ਹੋਣਾ ਚਾਹੀਦਾ ਪਰ ਕੌਣ ਸਮਝਾਵੇ ਹਮ ਹਰ ਰੋਜ਼ ਨਵੀਂ ਵੀਡੀਓ ਆਉਂਦੀ ਹੈ ਹਰ ਰੋਜ਼ ਨਵਾਂ ਤੌਰ ਤਰੀਕਾ ਹੁੰਦਾ ਥੋੜਾ ਜਿਆ ਸੋਚ ਕੇ ਵਿਚਰਨਾ ਚਾਹੀਦਾ ਸਮਝੋ ਦੇਖੋ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਭਾਈ ਇਸ ਜੋੜੇ ਦੇ ਨਾਲ ਕੋਈ ਤੱਕਾ ਹੋਵੇ ਕਿਸੇ ਨਾਲ ਵੀ ਨਾ ਹੋਵੇ ਕਿਸੇ ਨਾਲ ਕੋਈ ਤੱਕਾ ਨਾ ਹੋਵੇ ਤੇ ਜਿਹੜੇ ਚਟਕਾਰੇ ਲੈਣ ਵਾਲੇ ਹੁੰਦੇ ਆ ਉਹ ਥੱਲੇ ਟਿੱਪੜੀਆਂ ਵੀ ਨਾ ਮਾਰੀਆਂ ਕਰਿਆ ਕਰਨ ਉਹਨਾਂ ਨੂੰ ਵੀ ਨਾ ਗਾਲਾਂ ਕੱਢੋ ਤੁਸੀਂ ਵੀ ਕੰਮ ਕਰਿਆ ਕਰੋ ਕੋਈ ਆਪਾਂ ਵੇਲੇ ਥੋੜੀਆਂ ਪਰ ਬੇਨਤੀ ਸਿਰਫ ਇੰਨੀ ਆ ਵੀ ਇਸ ਜੋੜੇ ਦੇ ਕੋਲੋਂ ਆਪਾਂ ਇੱਕ ਉਦਾਹਰਨ ਲੱਗੇ ਜਦੋਂ ਵਿਵਾਦ ਪੈਦਾ ਹੁੰਦਾ ਫਿਰ ਹੋਰ ਤਰ੍ਹਾਂ ਦੀ ਚਰਚਾ ਹੁੰਦੀ ਜਦੋਂ ਤੁਸੀਂ ਮਿਹਨਤ ਕਰਕੇ ਕਾਮਯਾਬੀ ਹਾਸਲ ਕਰਦੇ ਫਿਰ ਹੋਰ ਤਰ੍ਹਾਂ ਦੀ ਚਰਚਾ ਹੁੰਦੀ ਆ ਇਹ ਚਰਚਾ ਚਰਚਾ ਦੇ ਵਿੱਚ ਫਰਕ ਆ ਤੇ ਮੇਰੀ ਇਹਨਾਂ ਦੇ ਪਰਿਵਾਰ ਨੂੰ ਵੀ ਬੇਨਤੀ ਦੇਖੋ ਅਸੀਂ ਇਹਨਾਂ ਦੀਆਂ ਅੱਜਕੱਲ੍ਹ ਗਾਣਿਆਂ ਦੇ ਉੱਤੇ ਨੱਚਦਿਆਂ ਦੀ ਕੋਈ ਅਸ਼ਲੀਲ ਵੀਡੀਓ ਨਹੀਂ ਦੇਖੀਆ ਪਰ ਬੰਦਾ ਇਹ ਸੋਚਦਾ ਵੀ ਯਾਰ ਇਹ ਕਿੱਥੋਂ ਤੁਰੇ ਫੇਰ ਕਿਹੋ ਜੇ ਕੰਮ ਲੱਗ ਪੇ ਹੁਣ ਕਿਹੋ ਜੇ ਕੰਮ ਕਰਦੇ ਆ ਜਿਵੇਂ ਚੜਾਉਂਦੇ ਜ ਨਹੀਂ ਹੁੰਦੇ ਵੀ ਇਸ ਤਾਂ ਹੀ ਕਰਦੇ ਹੁੰਨੇ ਫਿਰ ਮਰਜ਼ੀ ਤੁਹਾਡੀ ਆ ਪਰ ਗੱਲ ਇਹ ਵੀ ਭਾਈ ਤੁਸੀਂ ਪੰਜਾਬ ਦੇ ਵਾਸੀ ਹੋ ਤੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਮੇਰੀ ਬੇਨਤੀ ਆ ਹੋਛੇ ਨਾ ਬਣੋ ਥੁਕਰ ਕਰਦਿਆਂ ਨਾ ਕਰਿਆ ਕਰੋ ਆਪਦੀਆਂ ਵੀਡੀਓ ਦੇਖ ਕੇ ਪੰਜਾ ਸੱਤਾ ਸਾਲਾਂ ਨੂੰ ਤੁਹਾਨੂੰ ਆਪ ਨੂੰ ਸ਼ਰਮ ਆਵੇ ਵੀ ਯਾਰ ਮੈਂ ਆ ਵੀ ਲੁੱਚਪੋ ਕਰਦਾ ਰਿਆਂ ਯਾਰ ਮੈਂ ਇਹੋ ਜੀਆਂ ਹਰਕਤਾਂ ਵੀ ਕਰਦਾ ਸੀ ਥੋੜੇ ਨਿਆਣੇ ਤੁਹਾਨੂੰ ਕਿਆ ਕਰਨ ਵੀ ਪਪਾ ਤੂੰ ਬੜਾ ਇੱਥੇ ਪਟਾਧਾਦਾ ਹੁੰਦਾ ਸੀ ਉਦੋਂ ਤੇਰੀਆਂ ਆ ਹਰਕਤਾਂ ਵੀ ਸੀ ਥੋੜਾ ਜਿਹਾ ਸੋਚ ਕੇ ਵਿਚਾਰ ਗੀ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਚਾਂਚੀ ਦਾ ਵਿਚਾਰ ਪ੍ਰਾਈਮੇਸ਼ਾ ਟੀਵੀ ਤੇ ਵਕਫਤਬਾਲਿਕ ਪਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਆ ਟੈਣਾ ਸਾਹਿਬ ਬਿਲਕੁਲ ਜੀ ਬਿਲਕੁਲ ਕਿੰਨੇ ਕੁ ਪੈਸੇ ਇਨਸਾਨ ਨੂੰ ਚਾਹੀਦੇ ਹੁੰਦੇ ਆ ਵਧੀਆ ਜ਼ਿੰਦਗੀ ਜਿਉਣ ਦੇ ਲਈ ਮੈਨੂੰ ਲੱਗਦਾ ਵੀ ਦੇਖੋ ਜੇ ਅਜਿਹੇ ਸਮੇਂ ਲਈ ਤੁਸੀਂ ਟੱਬਰ ਦੇ ਚਾਰਜ ਹੀ ਆ ਤੇ ਜੇਕਰ ਤੁਸੀਂ ਬੜਗਾ ਮਹਿੰਗੀਆਂ ਕੋਈ ਜ਼ਿੰਦਗੀਆਂ ਲੋੜਾਂ ਨਹੀਂ ਪੂਰੀਆਂ ਕਰਦੇ ਵੀ ਜਾਂ ਤਾਂ ਹੋਵੇ ਮਹਿੰਗਾ ਚੀਜ਼ਾਂ ਦਾ ਤਾਂ ਅੰਤ ਹੀ ਕੋਈ ਨਹੀਂ ਪਰ ਸ ਇੱਕ ਬੀਬੀਆਂ ਵਾਲਾ 2 2.5 ਲੱਖ ਰੁਪਈਆ ਦਾ ਵੀ ਆਉਂਦਾ ਤੇ ਪਰਸ 500 ਦਾ ਵੀ ਆਉਂਦਾ ਸਵਾਦ ਤਾਂ ਤਾਂ ਨਾ ਜੇ 500 ਵਾਲੇ ਪਰਸ ਦੇ ਵਿੱਚ 20000 ਹੋਵੇ ਹੂੰ 2.5 ਲੱਖ ਵਾਲੇ ਪਰਸ ਦੇ ਵਿੱਚ 300 ਰੁਪਈਆ ਹੋਵੇ ਇਹ ਭੈੜੀ ਗੱਲ ਆ ਸਹੀ ਅੱਡੀ ਕੂਚੀ ਨਾ ਹੋਵੇ ਤਾਂ 35000 ਵਾਲਾ ਸੈਂਡਲ ਪਾਇਆ ਹੋਵੇ ਇਹ ਵੀ ਗੱਲ ਭੈੜੀ ਆ ਅੱਡੀ ਵੀ ਉਵੇਂ ਦੀ ਹੋਵੇ ਜਿਹੋ ਜਿਹਾ ਸੈਂਡਲ ਆ ਹਾਏ ਹਾਏ ਬੰਦੇ ਦੀ ਵੀ ਗੱਲ ਐ ਬੀ ਤੁਸੀਂ ਆਪ ਉਕਤ ਤਸੀਰਤ ਵੀ ਹੋਵੇ ਹੋਵੇ ਜਿਹੋ ਜਿਹਾ ਕੋਟ ਪੈਂਟ ਪਾਉਨੇ ਹੋ ਹਾਂ ਇਹ ਨਹੀਂ ਵੀ ਆ ਬੋਦੇ ਨੂੰ ਜਲਜੀ ਲਾਲੀ ਰਾਤੇ ਵੀ ਹੋਵੇ ਤੁਸੀਂ ਸਹੀ ਜ਼ਿੰਦਗੀ ਜੇਕਰ ਸਾਦੀ گزارਨੀ ਆ ਤਾਂ ਮੇਰਾ ਖਿਆਲ ਵੀ 25-3000 ਰੁਪਏ ਬਹੁਤ ਹੋਣਾ ਹੂੰ 40000 ਬਹੁਤ ਹੋਊਗਾ ਜੇ ਕਿਸੇ ਟੱਬਰ ਦੇ ਜੀ ਦੀ ਦਵਾਈ ਆਉਂਦੀ ਆ ਉਹ ਗੱਲ ਵੱਖਰੀ ਹੈ ਵੀ ਭਾਈ ਫਿਰ ਮੈਨੂੰ ਨਹੀਂ ਪਤਾ ਵੀ ਦਵਾਈ ਕਿੱਦਾਂ ਨਹੀਂ ਆਉਂਦੀ ਆ ਪਰ ਜੇ ਤੁਹਾਡੇ ਕੋਲ ਮੋਟਰਸਾਈਕਲ ਆ ਬਿਜਲੀ ਦਾ ਬਿੱਲ ਸਰਕਾਰ ਨੇ 600 ਯੂਨਟ ਮਾਫ ਕੀਤੀ ਵੀ ਆ ਪਾਣੀ ਦਾ ਬਿੱਲ ਬਹੁਤ ਕਾਥਾ ਵਾਂ ਤੇ ਹੁੰਦਾ ਨਹੀਂਗਾ ਜੇ ਸਰਕਾਰੀ ਸਕੂਲ ਚ ਨਿਆਣੇ ਲਾਏ ਫਿਰ ਤਾਂ ਪੜਾਈ ਦਾ ਵੀ ਖਰਚਾ ਕੋਈ ਹੈ ਨਹੀਂਗਾ ਸੋ ਕੁੱਲ ਮਿਲਾ ਕੇ ਮੈਂ ਸੋਚਦਾ ਵੀ 25-30 ਹਜ਼ਾਰ ਰੁਪਇਆ ਬਹੁਤ ਹੁੰਦਾ। ਬਿਲਕੁਲ ਹੁੰਦਾ। 40 ਹਜ਼ਾਰ ਬਹੁਤ ਮੰਨ ਲਓ। ਜੀ ਬਿਲਕੁਲ ਹੁੰਦਾ ਜਨਾਬ ਸਾਹਿਬ ਪਰ ਆਹ ਲੋਟੀਮੂਰ ਕੋਝ ਹੋ ਰਹੀ ਕਹੀ ਜਾਂਦੀ ਐ। ਇਹ ਲੋਟੀਮੂਰ ਜੀ ਕੌਣ ਨੇ? ਇਹ ਲੋਟੀਮੂਰ ਜੀ ਕਹਿੰਦੇ 65 ਲੱਖ ਰੁਪਇਆ ਸਾਲਾਨਾ ਕਮਾਉਂਦੀ ਆ ਮੈਂ। ਤੇ ਮੈਂ ਨਾ ਨਜ਼ਾਰੇ ਲੁੱਟੇ ਇਹ। ਕਹਿੰਦੀ ਥੋੜੇ ਐ। ਤੇ ਥੋੜੇ ਐ ਤਾਂ ਡਾਕਾ ਮਾਰ ਲੈ ਬੇ। 65 ਲੱਖ। 65 ਲੱਖ ਰੁਪਇਆ ਮਤਲਬ ਬਾਹਰੋਂ ਪੰਜੀ 60 5 ਲੱਖ ਤੋਂ ਉੱਤੇ ਤਨਖਾਹ ਐ ਦੀ। ਹਾਂ ਤੇ ਕਹਿੰਦੀ ਇਹ ਥੋੜੇ ਐ। ਨੇ ਥੋੜੇ ਕਿੱਥੇ ਆ ਇਹ ਚੱਪਦੀ ਐ ਰੋਟੀ ਨਹੀਂ ਨਹੀਂ ਟੈਣਾ ਸਾਹਿਬ ਇਹ 28 ਸਾਲਾਂ ਦੀ ਐ ਤੇ ਹੁਣ ਘਰ ਦੇ ਜ਼ੋਰ-ਜ਼ੋਰ ਪਾਉਂਦੇ ਹੋਣਗੇ ਭਾਈ ਵਿਆਹ-ਵਿਉ ਕਰਾ ਲੈ ਹਲੋ ਟੀ ਪਲੀਜ਼ ਹਾਂ ਲੋਟੀ ਪਲੀਜ਼ ਗੈਟ ਮੈਰਿਡ ਹਾਂ ਵਿਆਹ ਕਰਾ ਤੋ ਹੁਣ ਕੋਈ ਤਰ੍ਹਾਂ ਪਰਿਵਾਰ ਚ ਵਾਧਾ ਹੋਣਾ ਚਾਹੀਦਾ ਲੋਟੀ ਕਹਿੰਦੀ ਨਾਣਾ 65 ਲੱਖ ਮੈਂ ਸਿਰਫ ਕਮਾਉਣੀ ਆ ਥੋੜੇ ਆ ਪੈਸੇ ਕਹਿੰਦੀ ਐਵੇਂ ਥੋੜੀ ਪਰਿਵਾਰ ਮੈਂ ਵਧਾ ਲੂੰਗੀ ਤੁਹਾਨੂੰ ਪਤਾ ਹੀ ਕਹਿੰਦੀ ਜੇ ਇੱਕ ਨਿਆਣਾ ਹੋ ਜਵੇ ਤਾਂ ਨਿਆਣੇ ਨੂੰ ਸਾਂਭਣ ਦੇ ਲਈ ਹਫ਼ਤੇ ਦਾ ਖਰਚਾ 2 ਲੱਖ ਰੁਪਈਆ ਲੱਗ ਜਾਂਦਾ ਤੇ 65 ਲੱਖ ਸਿਰਫ ਮੈਂ ਕਮਾਉਣੀ ਆ ਤੇ ਮੈਂ ਕਿ ਨੇ ਫਿਰ ਇਹ ਲੋਟੀ ਸਾਹਿਬ ਦੀ ਤਾਂ ਬਗਲ ਇਹ ਵੀ ਕੋਈ ਵੱਡਾ ਹੀ ਫੈਸਲਾ ਕਰਨਾ ਪੈਣਾ ਇਹਦੇ ਬਾਰੇ ਇਹਨੂੰ ਕੋਈ ਜੁਕੜਤਾ ਨਹੀਂ 4 ਕਰੋੜ ਵਾਲੀ ਜੌਬ ਚਾਹੀਦੀ ਹੈ ਇਹਨੇ ਤਾਂ ਵੀ ਕਹਿੰਨੇ ਜਿਹੜੀ 65 ਲੱਖ ਚ ਨਹੀਂ ਰੱਜੀ ਤਾਂ ਨਾ ਸਭ ਉਹਨੇ 3-4 ਕਰੋੜ ਚ ਕਹਿੰਨਾ ਥੋੜਾ ਹੈ ਇਹ ਤਾਂ ਸੱਚੀ ਆ ਵੀ ਇਹ ਇੰਗਲੈਂਡ ਤੋਂ ਜਾਂ ਵੱਖ-ਵੱਖ ਦੇਸ਼ਾਂ 'ਚ ਜਿਹੜੀਆਂ ਖਬਰਾਂ ਆਉਂਦੀਆਂ ਨਾ ਉੱਥੇ ਬੱਚਿਆਂ ਦੀ ਕੇਅਰ ਕਰਨ ਵਾਲੇ ਬੱਚਿਆਂ ਦੀ ਦੇਖਭਾਲ ਹੁਣ ਇਹ ਤਾਂ ਹੈ ਨਹੀਂ ਵੀ ਭਾਈ ਉਹਨਾਂ ਨੇ ਇੱਥੋਂ ਬੇਬੇ ਬੁਲਾ ਲਈ ਜਾਂ ਮੁੰਡੇ ਦੀ ਮਾਂ ਜਾਂ ਕੁੜੀ ਦੀ ਮਾਂ ਚਲੀ ਗਈ ਵੀ ਭਾਈ 6 ਮਹੀਨੇ ਲੈਣਾ ਸੰਭਾਲ ਲੂ 6 ਮਹੀਨੇ ਬਾਅਦ ਦੂਜੇ ਨੂੰ ਬੁਲਾ ਲਾਂਗੇ ਉੱਥੇ ਕਿਹੜਾ ਇਉਂ ਉਹਨਾਂ ਨੇ ਤਾਂ ਜੇ ਆਪ ਜੌਬ ਤੇ ਜਾਣਾ ਤੇ ਫਿਰ ਉਹ ਬੱਚਿਆਂ ਦੀ ਕੇਅਰ ਕਰਨ ਵਾਲੇ ਨੂੰ ਬੁਲਾਉਣਾ ਜਾਂ ਉੱਥੇ ਬੱਚਾ ਛੱਡ ਕੇ ਆਉਣਾ ਤੇ ਫਿਰ ਪੈਸੇ ਤਾਂ ਲੱਗਦੇ ਆ ਪਰ ਵਿੱਚ ਹੀ ਆਪਣੇ ਤਾਂ ਕਹਿੰਦੇ ਹੁੰਦੇ ਵੇ ਮਹਾਰਾਜ ਆਪੇ ਸੋਚੂ ਜਿਹਨੇ ਰੰਗ ਭਾਗ ਲਾਏ ਆ ਆਪੇ ਅਗਲੀ ਗੱਲ ਕਰੂ ਹਾਂ ਬੱਚਾ ਆਪਣੀ ਕਿਸਮਤ ਆਪ ਲੈ ਕੇ ਆਉਂਦਾ ਆਪੇ ਲੈ ਕੇ ਆਉਂਦਾ ਹਾਂ ਇਹ ਲੋਟੀ ਪੁਰਾਣੀ ਯਕੀਨ ਰੱਖਦੀ ਐ ਇਸ ਗੱਲ 'ਤੇ ਲੋਟੀ ਨਹੀਂ ਰੱਖਦੀ ਐ ਇਹਨੂੰ ਅੰਗਰੇਜ਼ੀ 'ਚ ਕਿਸੇ ਨੂੰ ਸਮਝਾਉਣੀ ਚਾਹੀਦੀ ਐ ਇਹ ਗੱਲ ਵੀ ਭਾਈ ਤੂੰ ਆਹ ਵਾਲੀਆਂ ਗੱਲਾਂ ਸਿੱਖ ਪਰ ਉਹ ਕਹਿੰਦੀ ਵੀ ਮੈਂ ਬਹੁਤ ਪਰੇਸ਼ਾਨੀ ਦੇ ਵਿੱਚ ਹਾਂ ਇਹ ਪੈਸੇ ਬਹੁਤ ਥੋੜੇ ਨੇ ਤੇ ਇਹ ਪੈਸੇ ਥੋੜੇ ਹੋਣ ਦਾ ਕਰਕੇ ਮੇਰੇ ਪਰਿਵਾਰ 'ਚ ਵਾਧਾ ਨਹੀਂ ਹੋ ਰਿਹਾ ਤੇ ਕਹਿੰਦੀ ਭਾਈ ਮਹਿੰਗਾਈ ਇੰਨੀ ਹੋ ਗਈ ਆ ਹੂੰ ਵੀ ਵਸੋਂ ਹੀ ਬਾਹਰ ਆ ਕੇ ਕਹਿੰਦੀ ਗਰੋਸਰੀ ਕਿੰਨੀ ਮਹਿੰਗੀ ਆ ਰਾਸ਼ਨ ਪਾਣੀ ਕਹਿੰਦੀ ਜੇ ਤੁਸੀਂ ਆਪਣੇ ਘਰ 'ਚ ਨਾ ਰਹਿੰਦੇ ਹੋ ਤਾਂ ਕਿਰਾਇਆ ਕਿੰਨਾ ਜ਼ਿਆਦਾ ਸਹੀ ਕਹਿੰਦੀ ਗੱਡੀ ਦੀ ਕਿਸ਼ਤ ਕਿੰਨੀ ਜਾਂਦੀ ਆ ਇੰਸ਼ੋਰੈਂਸ ਆ ਕਿੰਨਾਂ ਜਾਂਦੀਆਂ ਕ too much expensive aye aye sahi i can't tolerate sahi sahi hai ha main ladda ve aisa hona roti rodiyan gallan ta samjhanu adhiyan kali mehnat oh kare punjabi ch ha sahi gall hai je oh di khatir assi adhiyan gallan english ch sikh rahe ha ta adhiyan ohnu vi punjabi ch sikhniyan chahidiyan hai dar beinti dekho bhai roti da jehdi oh le lewe lambi chutti acha fir jehda 65 lakh aunda oh vi ni hona kehdi chutti hundi hai prasuta chutti ਅੱਛਾ ਪ੍ਰਸੂਤਾ ਛੁੱਟੀ ਲੈ ਲਵੇ ਉਹ ਮਟਰਨਿਟੀ ਲੀਵ ਪ੍ਰਸੂਤਾ ਛੁੱਟੀ ਲੈ ਕੇ ਤੇ ਨਿਆਣਾ ਪੜ ਲਵੇ ਅੱਛਾ ਫਿਰ ਨਿਆਣਾ ਜਦੋਂ 4 ਕਿ ਸਾਲ ਦਾ ਹੋ ਗਿਆ ਉਹ ਸਕੂਲ ਚ ਜਾਇਆ ਕਰੂਗਾ ਇੰਨੀ ਲੰਬੀ ਮਟਰਨਿਟੀ ਲੀਵ ਕੌਣ ਦਿੰਦਾ ਪਹਿਲਾਂ ਇਹ ਦੱਸਿਓ 4 ਸਾਲ ਦਾ ਨਿਆਣਾ ਵੀ ਜੇ ਲੋਟੀ ਕਿਸੇ ਨਾਲ ਬੋਲਦੀ ਨਹੀਂ ਤੇ ਲੈਣਾ ਕਿਹਦੇ ਸਾਹਮਣਾ ਜਾਂ ਤਾਂ ਕਿਸੇ ਨਾਲ ਬੋਲ ਬਾਣੀ ਵੀ ਰੱਖੇ ਆਪਦੀ ਕੋਈ ਆਂਡ ਗਵਾਰਨਾ ਬਣਾ ਕੇ ਰੱਖੇ ਆਂਡ ਗਵਾਰ ਚਲ ਕੋਈ ਚਾਚੀ ਤਾਈ ਕੋਈ ਤਾਂ ਕਹਿੰਦੀ ਹਣੀ ਹਾਈ ਲੋਟੀ ਡੋਇਟਾਣਾ ਸਭ ਕੀ ਕਮਾਲ ਕਰਦਾ ਤੁਹਾਨੂੰ ਮੈਂ ਆਉਂਦੇ ਤੇਰੇ ਕੋਲ ਹਫਤਾ ਲਾ ਕੇ ਜਾਵਾਂ ਤੁਹਾਨੂੰ ਪਤਾ ਐ ਵੀ ਗੋਰਿਆਂ ਦੇ ਵਿੱਚ ਬਾੜਾ ਇਦਾਂ ਹੈ ਨਹੀਂ ਚਾਚੀ ਤਾਈ ਤੇ ਗੋਰਿਆਂ ਨੂੰ ਮੌਜਾ ਸਾਡੇ ਵਾਲਿਆਂ ਨੂੰ ਹੁੰਦਾ ਵੀ ਭਾਈ ਭਾਈ ਨਾਲ ਨਿਆਣਾ ਬਣ ਕੇ ਐ ਕਰ ਰ ਅੱਧੀ ਪਿੱਠ ਖੁਰਚ ਦਿੰਦੇ ਆ ਕਰਕੇ ਠੀਕ ਹੈ ਉਹ ਉਹ ਨੈਣਾ ਜੇ ਵੀ ਇੱਥੇ ਕੰਗਾਰੂ ਵਾਂਗੂ ਬੰਨੇ ਹੁੰਦਾ ਜਾਂ ਪਿੱਠ ਤੇ ਹੁੰਦਾ ਐਂ ਜੇ ਚੱਕੀ ਨੂੰ ਤਰੇ ਫਿਰਦੇ ਹੁੰਦੇ ਨੇ ਨਿਆਣਾ ਥੋੜੀ ਤਾਂ ਗੱਲ ਹੀ ਹੋਰ ਹੁੰਦੀ ਐ ਪਰ ਨਹੀਂ ਤੁਸੀਂ 로ਟੀ ਨੂੰ ਸਮਝਾ ਨਹੀਂ ਸਕਦੇ ਉਹ ਵੀ ਹਾਜ਼ਰ ਹੈ ਚੰਚਦਾ ਵਿਚਾਰ ਹਰਮੰਦੀ ਹਰਦਵਾਰ ਦੇ ਵੱਲੋਂ ਖਬਰ ਆਈ ਆ ਜੀ ਹਾਸਾ ਵੀ ਆਉਂਦਾ ਤੇ ਹੈਰਾਨੀ ਵੀ ਹੁੰਦੀ ਆ ਹਰਦਵਾਰ ਦੇ ਵਿੱਚ ਇੱਕ ਜੇਲ੍ਹ ਆ ਮੇਰਾ ਖਿਆਲ ਵੀ 8 ਤੋਂ ਲੈ ਕੇ 10 ਏਕੜ ਦੇ ਵਿੱਚ ਆ ਜੀ ਇਹਦੇ ਵਿੱਚ ਲਗਭਗ 1400 ਕੈਦੀ ਬੰਦਾ 1400 ਬੰਦੇ ਵਿੱਚ ਬੰਦ ਹੈਗੇ ਆ ਤੇ ਇੱਥੇ ਪਿਛਲੇ 3-4 ਸਾਲ ਤੋਂ ਦਸਹਿਰਾ ਬਨਾਇਆ ਜਾਂਦਾ RAM LILA ਕਰਵਾਈ ਜਾਂਦੀ ਆ ਉਹ RAM LILA ਦੇ ਵਿੱਚੋਂ ਦੋ ਜਣੇ ਭੱਜ ਗਏ ਉਹ ਜਿਹੜੇ ਜੇਲ੍ਹ ਦੇ ਕੈਦੀ ਆ ਜੀ ਉਹੀ ਵਕਫ ਵਕਫ ਕਰਨਾਰ ਨਿਭਾਉਂਦੇ RAM LILA ਦੇ ਮੌਕੇ ਤੇ ਇੱਥੇ ਕੀ ਜਿਹੜੀ ਵਾਨਰ ਸੈਨਾ ਬਣੀ ਹੁੰਦੀ ਆ ਉਹ ਵਾਨਰ ਸੈਨਾ ਜਿਹੜੀ ਉਹ ਇੱਥੇ ਕੀ ਮੰਚ ਦੇ ਉੱਤੇ ਪੇਸ਼ਕਾਰੀ ਕਰਦੇ ਸੀ ਵੀ ਮਾਤਾ ਸੀਤਾ ਨੂੰ ਲੱਭਣ ਚੱਲੇ ਆ ਮਾਤਾ ਸੀਤਾ ਨੂੰ ਲੱਭਣ ਗਏ ਸੀ ਦੋ ਜਣੇ ਉਹਨਾਂ ਦੇ ਵਿੱਚੋਂ ਇੱਕ ਜਣਾ ਹੈਗਾ ਜੀ ਕਤਲ ਦੇ ਕੇਸ ਦੇ ਵਿੱਚ ਇੱਕ ਜਣੇ ਦੇ ਉੱਤੇ ਅਗਵਾ ਦਾ ਕੇਸ ਹੈਗਾ ਇਹ ਦੋਵੇਂ ਜਣੇ ਵੀ ਉਸ ਸੈਣਾ ਦੇ ਵਿੱਚ ਆ ਤੇ 22 ਫੁੱਟ ਉੱਚੀ ਕੰਧ ਟੱਪ ਕੇ ਤੇ ਫਰਾਰ ਹੋ ਗਏ ਆ ਹੁਣ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਪੁਸ਼ਕਰ ਸਿੰਘ ਧਾਮੀ ਆ ਉਹਨਾਂ ਨੇ ਕਾਰਵਾਈ ਦੀ ਗੱਲ ਕਹੀ ਆ ਵੀ ਭਾਈ ਇਹਦੀ ਮੁਕੱਬਲ ਪੜਤਾਲ ਕੀਤੀ ਜਾਵੇ ਜੇਲ੍ਹ ਦੇ 6 ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਆ ਤੇ ਪੂਰੇ ਮਸਤ ਸੀਗੇ ਸਾਰੇ ਜਣੇ ਰਾਮਲੀਲਾ ਵੇਖਣ ਦੇ ਵਿੱਚ ਤੇ ਇਹ ਹੁਣ ਜਦੋਂ ਮਾਤਾ ਸੀਤਾ ਨੂੰ ਲੱਭਣਾ ਦੋ ਜਣੇ ਇੱਧਰ ਨੂੰ ਚਲੇ ਗਏ ਤਿੰਨ ਇੱਧਰ ਨੂੰ ਚਲੇ ਗਏ ਤਿੰਨ ਜਣੇ ਇੱਧਰ ਨੂੰ ਚਲਾ ਗਿਆ ਤੇ ਫਿਰ ਇਹਨਾਂ ਨੇ ਕਹਿੰਦੇ ਇੱਕ ਪੌੜੀ ਪਈ ਸੀ ਪੌੜੀ ਲਾਈ ਪਰਲੇ ਪਸੇ ਜੇ ਜਾ ਕੇ ਤੇ 22 ਫੁੱਟ ਉੱਚੀ ਕੰਨ ਤੱਕ ਕੇ ਤੇ ਫੁਰਰ ਹੋ ਗਿਆ ਤੇ ਆ ਵੀ ਪਾਈ ਭਾਰਤ ਦੇ ਵਿੱਚ ਚੱਲਦਾ ਕਹਿੰਦੇ ਕਿ 6 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਏ ਸਭ ਕੁਝ ਦਾ ਕਰਕੇ ਤੁਸੀਂ ਵੇਖੋ ਵੀ ਪਤਾ ਹੀ ਨਹੀਂ ਲੱਗਣ ਦਿੱਤਾ ਉਹਨਾਂ ਨੇ ਟਹਿਣਾ ਸਾਹਿਬ 22 ਫੁੱਟ ਕੋਈ ਥੋੜੀ ਥੋੜੀ ਹੁੰਦੀ ਹੈ ਹਨਾ ਪਰ ਉਹਨਾਂ ਨੇ ਮਿੰਟ ਲਾਇਆ ਸਾਰਿਆਂ ਦਾ ਧਿਆਨ ਜਿਹੜਾ ਉਹ ਰਾਮਲੀਲਾ ਵਾਲ ਸੀ ਸਾਰੇ ਉਧਰ ਦੇਖ ਰਹੇ ਸੀ ਤੇ ਇੰਨੀ ਦੇਰ ਨੂੰ ਕਦੋਂ ਹੀ ਭੱਜ ਗਏ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਫੜੇ ਤਾਂ ਜਾਣਗੇ ਇਹ ਨਹੀਂ ਵੀ ਇਹ ਕਦੇ ਫੜੇ ਨਹੀਂ ਜਾਣੇ ਪਰ ਗੱਲ ਇਹ ਵੀ ਬੰਦੇ ਚਲਾਕ ਕਿੰਨੇ ਆ ਉਹਨਾਂ ਨੇ ਮੌਕੇ ਦਾ ਫਾਇਦਾ ਕਿਵੇਂ ਚੁੱਕਿਆ ਸਹੀ ਵੀ ਸਾਰੇ ਜਾਣੇ ਇਧਰ ਜਿਵੇਂ ਦੇ ਵਿੱਚ ਤੇ ਆਪਾਂ ਆ ਕੁਝ ਕਰ ਦਿੰਨੇ ਆ ਪਰ ਮੈਂ ਇੱਕ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਸ਼ਾਇਦ ਤੁਹਾਨੂੰ ਕੌੜੀ ਲੱਗੇ ਜਾਂ ਨਾ ਲੱਗੇ ਵੀ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਰਾਮਲੀਲਾ ਦੀਆਂ ਵੀਡੀਓ ਦੇਖ ਰਹੇ ਹਾਂ ਦੇਖੋ ਆਸਥਾ ਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਸਾਡੇ ਮਨ ਦੇ ਵਿੱਚ ਸਭ ਦੇ ਲਈ ਸਤਿਕਾਰ ਆ ਹਿੰਦੂ ਸਾਡੇ ਭੈਣ ਭਰਾ ਦੇ ਜੀ ਉਹਨਾਂ ਦੇ ਤਿਉਹਾਰਾਂ ਉਹਨਾਂ ਦੇ ਰੀਤੀ ਰਿਵਾਜਾਂ ਦੀ ਅਸੀਂ ਕਦਰ ਕਰਦੇ ਆ ਜੀ ਅਸੀਂ ਸਿੱਖ ਭਾਈ ਚਰਨਾਂ ਦੀ ਸਤਿਕਾਰ ਕਰਦੇ ਸਾਰੇ ਧਰਮਾਂ ਦਾ ਸਤਿਕਾਰ ਪਰ ਜਦੋਂ ਅਸੀਂ 라ਵਣ ਨੂੰ ਵਕ ਵਕ ਗੀਤਾਂ ਦੇ ਉੱਤੇ ਤੜਕ ਭੜਕ ਵਾਲੇ ਗੀਤਾਂ ਦੇ ਉੱਤੇ ਭੰਗੜਾ ਪਾਉਂਦਾ ਬਿਨੇ ਆ ਜਾਂ ਅਸੀਂ ਹੋਰ ਇਹਦੇ ਵਿੱਚ ਜਿਹੜੇ ਪਾਤਰ ਹੁੰਦੇ ਬਣੇ ਵਕ ਵਕ ਕਿਰਦਾਰ ਨਮਾਉਣ ਵਾਲੇ ਉਹਨਾਂ ਨੂੰ ਕਿਸੇ ਨੂੰ ਵੀ ਕਿਸੇ ਗੱਲ ਦੇ ਉੱਤੇ ਮੈਂ ਹੁਣ ਗੀਤਾਂ ਦੇ ਬੋਲ ਵੀ ਕੀ ਕਹਾਂ ਵੀ ਭਾਈ ਉਹਨਾਂ ਦੇ ਉੱਤੇ ਨੱਚਦੇ ਕੀ ਤੁਹਾਡੀਆਂ ਉਦੋਂ ਭਾਵਨਾਵਾਂ ਨਹੀਂ ਪੜਕਦੀਆਂ ਕੀ ਇਹ ਸਾਰਾ ਕੁਝ ਕਰਨਾ ਬਹੁਤ ਜ਼ਰੂਰੀ ਹੈ ਕੀ ਇਹ ਇੱਕਪਤ ਤਮਾਸ਼ਾ ਨਹੀਂ ਬਣਾ ਕੇ ਰੱਖ ਦਿੱਤਾ ਸਭ ਤੋਂ ਵੱਡੀ ਗੱਲ ਇਹ ਹੈ ਟਾਣਾ ਸਾਹਿਬ ਕੇ RAMLILA ਮੌਕੇ ਮਤਲਬ ਮੈਨੂੰ ਤਾਂ ਜਿੰਨੀ ਕੁ ਮੈਨੂੰ ਸਮਝ ਆ ਵੀ RAMLILA ਇਸ ਲਈ ਦਿਖਾਈ ਜਾਂਦੀ ਕਿ ਸਾਰਾ ਕੁਝ ਪਤਾ ਲੱਗੇ ਵੀ ਕਿਵੇਂ ਕਿਵੇਂ ਕੀ ਕੀ ਕੁਝ ਵਾਪਰ ਰਿਹਾ ਹੈ ਨਾ ਤੇ ਸਭ ਤੋਂ ਜ਼ਿਆਦਾ ਹੈਰਾਨੀ ਉਦੋਂ ਹੁੰਦੀ ਆ ਜਦੋਂ ਇਹ ਟੜਕਪੜਕ ਵਾਲੇ ਗੀਤਾਂ ਦੇ ਉੱਪਰ ਉਹ ਨੱਚ ਰਹੇ ਹੁੰਦੇ ਆ ਤੇ ਮੋਹਰੇ ਬੈਠੇ ਲੋਕਾਂ ਦੇ ਵਿੱਚੋਂ ਕੋਈ ਵੀ ਕਿੰਤੂ ਨਹੀਂ ਕਰਦਾ ਵੀ ਤੁਸੀਂ ਜੋ ਹੈ ਉਵੇਂ ਉਹਨੂੰ ਪੇਸ਼ ਕਰੋ ਆ ਕੀ ਤਰੀਕਾ ਹੋਇਆ ਪਰ ਇਹਦਾ ਮਤਲਬ ਤਾਂ ਇਹ ਹੋਇਆ ਵੀ ਸਾਨੂੰ ਸਿਰਫ ਸਿਰਫ ਮਨੋਰੰਜਨ ਕਰਨ ਵਾਸਤੇ ਚੱਲੇ ਆ ਸੀ ਸਾਡੇ 'ਚ ਕੋਈ ਸਿੱਖ ਦੀ ਭਾਵਨਾ ਜਾਂ ਅਤੀਤ ਦੇ ਵਿੱਚ ਕੀ ਸੀ ਜਾਂ ਕੋਈ ਇਤਿਹਾਸ ਸੀ ਜਾਂ ਕਿਵੇਂ ਵੀ ਸੀ ਅਸੀਂ ਉਹ ਨਹੀਂ ਜਾਣਨਾ ਚਾਹੁੰਦੇ ਉਸ ਤਾਂ ਇਹ ਗੱਲ ਕਹਿੰਦੇ ਵੀ ਭਾਈ ਇੰਜੋਏ ਕਰਕੇ ਆਏ ਹੂੰ ਉਹ ਜੀ ਰਾਵਣ ਵੀ ਨੱਚ ਰਿਹਾ ਸੀ ਆਪਾਂ ਵੀ ਬੜੀਆਂ ਬੜਕਾ ਮਾਰੀਆਂ ਲਲਕਾਰੇ ਬਾਰੇ ਆਪਾਂ ਵੀ ਸੋ ਆਹ ਗੱਲਾਂ ਜਿਹੜੀਆਂ ਜੇ ਹੋਰ ਗੱਲਾਂ ਭਾਵਨਾਵਾਂ ਪੜਕਾਉਂਦੀਆਂ ਤਾਂ ਆ ਵੀ ਗੱਲ ਭਾਵਨਾ ਪੜਕਾਉਣ ਵਾਲੀ ਹੋਊ ਸਹੀ ਗੱਲ ਤੇ ਮੈਂ ਸੋਚਦਾ ਹੁੰਨਾ ਕਦੇ-ਕਦੇ ਵੀ ਬਾਕੀ ਵਕਤ ਵਕਤ ਧਰਮਾਂ ਦੇ ਵਿੱਚ ਇਦਾਂ ਦਾ ਕੁਝ ਕਰਨੀ ਇਜਾਜ਼ਤ ਨਹੀਂ ਹੈਗੀ ਨਾ ਸਿੱਖ ਧਰਮ ਦੇ ਵਿੱਚ ਨਾ ਤੇ ਹੋਰ ਵੀ ਅਸੀਂ ਪਾਤਰ ਚਿੱਤਰ ਨਹੀਂ ਕਰ ਸਕਦੇ ਉਵੇਂ ਪਰ ਇੱਥੇ ਜਿਹੜਾ ਕੁਝ ਕੀਤਾ ਜਾ ਰਿਹਾ ਵਕ ਵਕ ਜਿਥੇ ਬੰਦਗਾਂ ਨੂੰ ਇਹਦੇ ਬਾਰੇ ਵੀ ਨੋਟਸ ਲੈਣਾ ਚਾਹੀਦਾ ਇੱਜ਼ਤ ਦੇ ਨਾਲ ਜੋ ਤਹਜ਼ੀਬ ਆ ਸਲੀਕੇ ਦੇ ਨਾਲ ਉਹ ਸਾਰਾ ਕੁਝ ਵਿਖਾਉਣਾ ਚਾਹੀਦਾ ਹੈ ਕਿ ਆ ਕੁਝ ਵਾਪਰਿਆਵੇਂਵੇਂ ਹੋਇਆ ਚੀਕਾਂ ਕੁੱਕਾਂ ਨਾਚ ਗਾਣੇ ਇਹ ਥੋੜਾ ਜਿਹਾ ਵਿਚਾਰਨਾ ਚਾਹੀਦਾ ਵੀ ਇਹ ਸਭ ਕੁਝ ਨਹੀਂ ਵਾਪਰਨਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਟਣਾ ਸਭ ਕੋਈ ਵੀ ਕਿਸੇ ਧਰਮ ਦੇ ਉੱਪਰ ਕੋਈ ਮਾੜੀ ਚੰਗੀ ਟਿੱਪਣੀ ਨਾ ਕਰੇ ਹਰ ਇੱਕ ਦਾ ਆਪਣਾ ਇਤਿਹਾਸ ਹੈ ਹਰ ਇੱਕ ਦੀ ਆਪਣੀ ਮਾਨਤਾ ਹੈ ਹਰ ਇੱਕ ਦੇ ਆਪਣੇ ਦਿਨ ਸੋਧ ਨੇ ਹਰ ਇੱਕ ਬੰਦਾ ਆਪਣੇ ਤੌਰ ਤਰੀਕਿਆਂ ਦੇ ਨਾਲ ਆਪਣੇ ਧਰਮ ਨੂੰ ਮੰਨਦਾ ਹੈ ਤੇ ਉਹਨੂੰ ਅਧਿਕਾਰ ਵੀ ਹੈ ਉਹਨੂੰ ਹੱਕ ਹੈ ਪਰ ਦੂਸਰੇ ਕਿਸੇ ਨੂੰ ਹੱਕ ਨਹੀਂ ਆ ਕਿ ਉਹਦੇ ਉੱਪਰ ਟਿੱਪਣੀ ਕਰੇ ਸੱਚਾ ਉਹ ਵੀ ਹਾਜ਼ਰ ਹੈ ਚੰਚੜਾ ਵੀ ਚਾਹ ਹਰਮਨਜੀ ਲਾਣਤੀ ਲੋਕਾਂ ਦੀ ਇੱਕ ਉਦਾਹਰਣ ਆਈ ਮੇਰੇ ਕੋਲੇ ਮੇਰੇ ਚਿੱਤ ਕਰਦਾ ਪਹਿਲਾਂ ਮੈਂ ਲਾਣਤ ਸ਼ਬਦ ਬਹੁਤ ਵੱਡਾ ਖਿੱਚ ਕੇ ਪੇਸ਼ ਕਰਾਂ ਵੀ ਇੰਨੀ ਵੱਡੀ ਇਹਨਾਂ ਨੂੰ ਪਟਿਆਲੇ ਦੇ ਵਿੱਚ ਇੱਕ ਪਿੰਡ ਆ ਤੇ ਉੱਥੇ ਇੱਕ ਔਰਤ ਦੀ ਮੌਤ ਹੋ ਜਾਂਦੀ ਆ ਪਰਿਵਾਰ ਉਹਦਾ ਜਾ ਕੇ ਸਸਕਾਰ ਕਰਿਆ ਫੁੱਲ ਚੁਗਣ ਜਾਣੇ ਅਗਲੇ ਦਿਨ ਪਰ ਜਦੋਂ ਸਵੇਰ ਦੇ ਵੇਲੇ ਗਏ ਤਾਂ ਉਹਨਾਂ ਫੁੱਲਾਂ ਦੇ ਵਿੱਚੋਂ ਕੁਝ ਕ ਹੱਡੀਆਂ ਗਾਇਬ ਸੀ ਤੇ ਉੱਥੇ ਇੱਕ ਬੱਕਰੇ ਦੀ ਧੌਣ ਤੇ ਇੱਕ ਕੁੱਕੜ ਦੀ ਧੌਣ ਰੱਖੀ ਪਈ ਸੀ ਇੱਕ ਸ਼ਰਾਬ ਦੀ ਬੋਤਲ ਉੱਥੇ ਪਈ ਸੀ ਹੁਣ ਉਸ ਪਿੰਡ ਵਾਲਿਆਂ ਨੇ ਉਸ ਪਰਿਵਾਰ ਨੇ ਜਾ ਕੇ ਤੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕੀਤੀ ਪੁਲਿਸ ਕਹਿੰਦੀ ਅਸੀਂ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਮਤਲਬ ਯਾਰ ਸਾਡੇ ਪੰਜਾਬ ਦੇ ਵਿੱਚ ਆਹ ਕੁਝ ਵੀ ਹੋਊਗਾ ਹੁਣ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਲੱਗੇ ਆਪਾਂ ਦਫ਼ਤਰਾਂ ਦੇ ਵਿੱਚ ਘਰਾਂ ਦੇ ਵਿੱਚ ਹਰ ਥਾਂ ਦੇ ਉੱਤੇ ਚੌਂਕ ਦੇ ਵਿੱਚ ਨੁਕੜ ਦੇ ਵਿੱਚ ਲਾਏ ਆ ਪਰ ਹੁਣ ਸ਼ਮਸ਼ਾਨ ਘਾਟਾਂ 'ਚ ਰਹਿ ਗਏ ਸੀ ਪੀਰ ਕੋਈ ਕੁਛ ਇਥੇ ਦਾ ਕਰ ਜੇ ਹੁਣ ਬਸ ਆ ਵੀ ਕੰਮ ਸ਼ੁਰੂ ਹੋ ਜੇ ਪਤਾ ਨਹੀਂ ਕਿਹੋ ਜੇ ਸੱਚੀ ਲਾਣਤੀ ਲੋਕ ਐ ਇਹ ਟਾਣਾ ਸਾਹਿਬ ਵੀ ਇਹਨਾਂ ਦਾ ਭਾਵਨਾਵਾਂ ਕੋਈ ਹੈ ਹੀ ਨਹੀਂ ਇਹਨਾਂ ਦੀਆਂ ਕੋਈ ਮੋਸ਼ਨਸ ਨਹੀਂ ਹੈ ਇਹਨਾਂ ਦੇ ਵੀ ਤੁਸੀਂ ਵੇਖੋ ਵੀ ਕਿਵੇਂ ਇਹਨਾਂ ਦੇ ਜਿਗਰੇ ਪੈਂਦੇ ਨੇ ਸਾਰਾ ਕੁਝ ਕਰਨ ਦੇ ਲਈ ਪਤਾ ਨਹੀਂ ਕਿ ਹੋ ਜਏ ਲੋਕ ਨੇ ਕਿਹੋ ਜੀ ਮਿੱਟੀ ਦੇ ਲੋਕ ਨੇ ਇਹਨਾਂ ਨੂੰ ਕੋਈ ਸ਼ਰਮਨਾ ਦੀ ਚੀਜ਼ ਹੀ ਹੈ ਨਹੀਂ ਹੈ ਨਾ ਉਹ ਪਰਿਵਾਰਕ ਜੀ ਕਹਿੰਦੇ ਵੀ ਜਦੋਂ ਅਸੀਂ ਕੱਲ ਰਾਤ ਤੱਕ ਇੱਥੇ ਸਾਰਾ ਕੁਝ ਵੇਖ ਕੇ ਗਏ ਆ ਤੇ ਠੀਕ ਸੀ ਪਰ ਜਦੋਂ ਅਸੀਂ ਸਵੇਰੇ ਆਇਆ ਫੁੱਲ ਚੁਗਣ ਦੇ ਲਈ ਤੇ ਉਦੋਂ ਅਸੀਂ ਇੱਥੇ ਆ ਕੁਝ ਵੇਖਿਆ ਤੇ ਅਸੀਂ ਘਬਰਾ ਕੇ ਡਰ ਕੇ ਵੀ ਆ ਕੀ ਹੋਇਆ ਹੋਇਆ ਪਤਾ ਨਹੀਂ ਭਾਈ ਲੋਕ ਕੀ ਕੀ ਕਰੀ ਜਾਂਦੇ ਸੱਚੀ ਰੱਬ ਦਾ ਵਾਸਤਾ ਪੰਜਾਬੀਓ ਤੁਹਾਡੇ ਆਂਢ ਗੁਆਂਢ ਦੇ ਵਿੱਚ ਵੀ ਕਈ ਮੂਰਖਮੱਤੇ ਲੋਕ ਹੋਣਗੇ ਉਹਨਾਂ ਦੀ ਪਰਖ ਕਰ ਲੋ ਆਪੇ ਹੀ ਤੇ ਆਪ ਉਹਨਾਂ ਵਰਗੇ ਨਾ ਬਣੋ ਪੰਜਾਬ ਦੇ ਵਿੱਚ ਚੁਣੌਤੀਆਂ ਬਹੁਤ ਸਾਰੀਆਂ ਤੇ ਪੰਜਾਬ ਨੂੰ ਫੋਕਿਆਂ ਦੀ ਨਹੀਂ ਸੁਹਿਰਦ ਲੋਕਾਂ ਦੀ ਲੋੜ ਆ ਸਹੀ ਪੰਜਾਬ ਨੂੰ ਫੁਕਰਿਆਂ ਦੀ ਨਹੀਂ ਸੁਚੱਜੀ ਸੋਚ ਵਾਲੇ ਲੋਕਾਂ ਦੀ ਲੋੜ ਆ ਫੁਕਰੇ ਤਾਂ ਆਪਣੇ ਵਾਲੇ ਦਵਾਲੇ ਵੈਸੀ ਫਿਰਦੇ ਆ ਪਰ ਆਪਣੇ ਤੌਰ ਦੇ ਉੱਤੇ ਜ਼ਿੰਮੇਵਾਰੀ ਨਿਭਾਈਏ ਕਿ ਅਸੀਂ ਇਹੋ ਜੀਆਂ ਕਰਤੂਤਾਂ ਨਹੀਂ ਕਰਨੀਆਂ ਪਤਾ ਨਹੀਂ ਸਾਨੂੰ ਇਹ ਕਰਕੇ ਮਿਲਦਾ ਕੀ ਆ ਕਿਹਨੂੰ ਖੁਸ਼ ਕਰਨਾ ਚਾਹੁੰਦੇ ਆ ਕਿਹੜਾ ਤੁਹਾਡਾ ਮਸਲਾ ਹੱਲ ਹੋ ਜਾਣਾ ਲੋਕ ਸੋਚਦੇ ਹੀ ਨਹੀਂ ਟਾਣਾ ਸਾਹਿਬ ਵੀ ਇੱਕ ਤਾਂ ਅੱਗੇ ਉਸ ਪਰਿਵਾਰ ਦੇ ਉੱਪਰ ਕਿੰਨੀ ਭੀੜ ਪਈ ਐ ਵੀ ਉਹਨਾਂ ਦਾ ਇੱਕ ਪਰਿਵਾਰਕ ਜੀ ਤੁਰ ਗਿਆ ਹਨਾ ਕੀ ਕੁਝ ਬੀਤਦਾ ਬੰਦੇ ਦੇ ਮਨ ਤਨ ਦੇ ਉੱਪਰ ਕੀ ਕੁਝ ਵਾਪਰਦਾ ਹਨਾ ਵੀ ਤੁਸੀਂ ਇਹ ਗੱਲਾਂ ਸੋਚਦੇ ਨਹੀਂ ਵੀ ਉਹ ਤਾਂ ਅੱਗੇ ਇੰਨੇ ਦੁੱਖ ਦੇ ਵਿੱਚ ਆ ਇੰਨਾ ਪਹਾੜ ਦੁੱਖਾਂ ਦਾ ਉਹਨਾਂ ਦੇ ਉੱਪਰ ਟੁੱਟ ਗਿਆ ਤੇ ਉੱਤੋਂ ਤੁਸੀਂ ਇਹੋ ਜੀਆਂ ਹਰਕਤਾਂ ਕਰਦੇ ਹੋ ਕੀ ਲੱਭ ਜਾਂਦਾ ਐ ਸਾਰਾ ਕੁਝ ਕਰਕੇ ਸਹੀ ਗੱਲ ਆ ਪਤਾ ਨਹੀਂ ਬਚਣਾ ਚਾਹੀਦਾ ਇਹਨਾਂ ਗੱਲਾਂ ਤੋਂ ਬਚੋ ਸੱਚੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਿਹਰਦ ਸੋਚ ਵਾਲੇ ਬਣੋ ਤੇ ਪੜਿਆ ਕਰੋ ਵਾਤ ਵਾਤ ਪੜਨ ਦੀ ਲੋੜ ਆ ਸਾਨੂੰ ਲੜਨ ਦੀ ਨਹੀਂ ਪੜਨ ਦੀ ਲੋੜ ਆ ਲੜੀ ਤਾਂ ਅਸੀਂ ਐਵੇਂ ਹੀ ਜਾਂਦੇ ਆ ਉਹਨੂੰ ਗਾਲ ਕੱਢਤੀ ਉਹਨੂੰ ਕੁਛ ਕਹਤਾ ਪੜਿਆ ਕਰਗੀ ਜੇ ਤੁਹਾਡੇ ਕੋਲੇ ਵਾਧੂ ਸਮਾਂ ਹੈ ਤਾਂ ਕਿਤਾਬਾਂ ਪੜਿਆ ਕਰੋ ਹੁਣ ਇਹ ਨਾ ਕਿ ਉਹ ਕਿਤਾਬ ਕਿਹੜੀ ਪੜਗੇ ਜਿਹੜੀ ਵੀ ਤੁਹਾਡੇ ਹੱਥ ਚ ਆਉਂਦੀ ਹੈ ਚੰਗੀ ਕਿਤਾਬ ਆਪਦੀ ਪਰਖ ਆਪੇ ਕਰਿਆ ਕਰੋ ਹੂੰ ਤੇ ਚਲਿਏ ਆਪਾਂ ਸਾਡੇ ਜਾਣ ਦਾ ਹੋ ਗਿਆ ਸੀ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਓ ਦੋਵਾਂ ਨੂੰ ਦੇ ਇਜਾਜ਼ਤ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਆਦੀ ਹਾਜ਼ਰ ਹੈ